प्यार की कथा कहानियां गुरमीत सुनाइयां, प्यार की कथा कहानियां गुरमीत सुनाइयां। बलहारी गोरिया सतगुरु गरीब नवाज सच्चे पातशाह दीन दुनिया दे मालक चबर छतर तखत दे मालक समरथ गुरु प्रतख गुरु दासां गरीबां सिखां सेवकां दी इज्जत पत रखण वाले सदा ही दया करन वाले बख्शिशां करन वाले हाजरा हजूर जहरा जहूर सर्ब कला भरपूर अंतरजामी सच्चे पातशाह धन 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 सतगुरु गरीब नवाज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्यार दे नाल सारियां सिख संगतां जोड़ो दोवें हथ
ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪਾਂ ਸਾਰਿਆਂ ਦੇ ਵੱਡੇ ਭਾਗ ਜਾਗੇ ਹਨ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਜਿੱਥੇ ਆਪ ਜੀ ਬੜੇ ਪਿਆਰ ਨਾਲ ਮਹਾਰਾਜ ਜੀ ਦੀ ਹਾਜ਼ਰੀ 'ਚ ਬੈਠੇ ਹੋ। ਉੱਥੇ ਨਿਊਜ਼ੀਲੈਂਡ ਤੋਂ ਭਾਈ ਸਾਹਿਬ ਭਾਈ ਕਵਲਜੀਤ ਸਿੰਘ ਜੀ, ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ, ਸਾਰੇ ਪਰਿਵਾਰ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੈ। ਪਿੱਛੇ ਜੇ ਇਹਨਾਂ ਦੇ ਮਾਤਾ ਪਿਤਾ ਉਹ ਹੋ ਕੇ ਗਏ ਹਨ, ਅੱਜ ਭਾਈ ਸਾਹਿਬ ਜੀ ਆਏ ਨੇ, ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ, ਹੋਰ ਗੁਰਬਾਣੀ ਨਾਲ ਪਿਆਰ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਨੂੰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਤਿਗੁਰਾਂ ਦੇ ਸਨਮੁਖ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਮਹਾਰਾਜ ਸਤਿਗੁਰੂ ਗਰੀਬ ਨਵਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ, ਸੁੱਖ ਦੇਣ ਵਾਲਾ ਇਤਿਹਾਸ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ, ਆਪਾਂ ਸਾਰੇ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹਾਂ। ਸਾਧ ਸੰਗਤ ਜੀ, ਆਓ ਪਿਆਰ ਵਿੱਚ ਆਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੋ ਧਿਆਨ, ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰੋ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੀ ਕਥਾ ਸੁਣਨ ਲੱਗੇ ਹਾਂ, ਕਿਰਪਾ ਕਰੋ, ਸਾਡੀਆਂ ਮਨ ਬਿਰਤੀਆਂ ਇਕਾਗਰਤਾ ਬਖਸ਼ਿਸ਼ ਕਰੋ। ਇਸ ਕਥਾ ਵਿੱਚ ਸਾਧ ਸੰਗਤ ਜੀ, ਤੁਹਾਡੇ ਵੀ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਨੇ, ਮੇਰੇ ਵੀ ਕੰਮ ਦੀਆਂ ਗੱਲਾਂ ਨੇ। ਆਓ ਆਪਾਂ ਸਾਰੇ ਰਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਨਾ ਹੈ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਕਹੋ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਨਿਰੰਕਾਰ ਰੱਬੀ ਜੋਤ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੱਲ੍ਹ ਦਾ ਪ੍ਰਸੰਗ, ਜੀਵਨ ਚਰਿੱਤਰ ਦਾ ਸਰਵਣ ਕੀਤਾ, ਸਤਿਗੁਰੂ ਜੀ ਦੀ ਗਤੀਵਿਧੀ ਨੂੰ ਦੇਖ ਕੇ, ਪਿਤਾ ਜੀ ਸਤਿਗੁਰੂ ਜੀ ਦੇ ਸਤਿਕਾਰਯੋਗ ਬਾਬਾ ਮਹਿਤਾ ਕਾਲੂ ਜੀ, ਜਿਨ੍ਹਾਂ ਦੇ ਇਸ ਜਗਤ ਵਿੱਚ ਬਹੁਤ ਵੱਡੇ ਭਾਗ ਹਨ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਫੁਰਨਾ ਬਣਾਉਂਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰੀ ਕੰਮ ਵਿੱਚ ਪਾਇਆ ਜਾਵੇ। ਸੰਸਾਰੀ ਕੰਮ ਵਿੱਚ ਪਾਉਣ ਵਾਸਤੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਪੁੱਤਰ ਜੀ ਤੁਸੀਂ ਗਾਵਾਂ ਅਤੇ ਮੱਝਾਂ ਚਾਰ ਕੇ ਲੈ ਕੇ ਆਇਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਕਹਿ ਦਿੱਤਾ। ਗੁਰੂ ਸਾਹਿਬ ਕਹਿੰਦੇ, ਪਿਤਾ ਜੀ ਠੀਕ ਹੈ, ਕੱਲ੍ਹ ਤੋਂ ਸਵੇਰ ਤੋਂ ਜਾਵਾਂਗੇ। ਮਹਾਰਾਜ ਗਾਵਾਂ ਮੱਝਾਂ ਲੈ ਕੇ ਗਏ ਆ। ਗਾਵਾਂ ਮੱਝਾਂ ਦੇ ਬਹੁਤ ਵੱਡੇ ਭਾਗ ਨੇ, ਜਿਨ੍ਹਾਂ ਨੂੰ ਖੁਦ ਨਿਰੰਕਾਰ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਆਪ ਚਰਾਉਣ ਵਾਸਤੇ ਲੈ ਕੇ ਜਾ ਰਹੇ ਹਨ। ਗਾਵਾਂ ਮੱਝਾਂ ਸਾਰੀਆਂ ਬੜੀ ਖੁਸ਼ੀ ਖੁਸ਼ੀ ਨਾਲ ਜਾਂਦੀਆਂ ਨੇ। ਦੂਜੇ ਦਿਨ ਦੀ ਕਥਾ ਫਿਰ ਆਪ ਜੀ ਨੇ ਸਰਵਣ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਇੱਕ ਰੁੱਖ ਦੇ ਹੇਠਾਂ ਆਪ ਲੰਮੇ ਪੈ ਗਏ। ਗਾਵਾਂ ਮੱਝਾਂ ਨੇ ਇੱਕ ਕਿਸਾਨ ਦਾ ਸਾਰਾ ਖੇਤ ਹੀ ਚਰ ਲਿਆ ਜੀ, ਵਾੜ ਤੋੜ ਦਿੱਤੀ, ਖੇਤ ਚਰ ਲਿਆ। ਉਹ ਜਿਹਦਾ ਖੇਤ ਸੀ ਨਾ ਜੀ, ਉਹ ਬੜਾ ਦੁਖੀ ਹੋਇਆ ਜੀ ਆ ਕੇ। ਉਹਨੇ ਕੁਝ ਗਾਵਾਂ ਮੱਝਾਂ ਆਪਣੇ ਅੰਡਰ ਕਰ ਲਈਆਂ ਅਤੇ ਮਹਾਰਾਜ ਜੀ ਨੂੰ ਲੈ ਕੇ ਰਾਏ ਬੁਲਾਰ ਜੀ ਦੇ ਕੋਲ ਚਲੇ ਗਿਆ। ਰਾਏ ਬੁਲਾਰ ਨੂੰ ਅਜੇ ਗੁਰੂ ਸਾਹਿਬ ਦੀ ਏਡੀ ਵੱਡੀ ਮਹਿਮਾ ਦੀ ਸਮਝ ਨਹੀਂ ਹੈ। ਰਾਏ ਬੁਲਾਰ ਨੇ ਕੀ ਕੀਤਾ? ਰਾਏ ਬੁਲਾਰ ਨੇ ਸਤਿਗੁਰੂ ਜੀ ਦੇ ਪਿਤਾ ਜੀ ਨੂੰ ਸੱਦਿਆ, ਆਖਿਆ, ਵੇਖੋ ਤੁਹਾਡੇ ਪੁੱਤਰ ਨੇ ਕੀ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਦੇ ਸਾਈਂ ਉਸ ਕਿਸਾਨ ਨੂੰ ਕਹਿੰਦੇ ਹੈ,
ਅਸੀਂ ਜੁਰਮਾਨਾ ਤਾਂ ਭਰੀਏ ਜੇ ਤੇਰੇ ਖੇਤ ਨੂੰ ਸਾਡੀਆਂ ਮੱਝਾਂ ਨੇ ਕੁਝ ਵਿਗਾੜਿਆ ਹੋਵੇ ਤੇਰੇ ਖੇਤ ਦਾ, ਤੇਰੇ ਖੇਤ ਵਿੱਚੋਂ ਪੱਤਾ ਵੀ ਨਹੀਂ ਤੋੜਿਆ। ਉਹ ਕਹਿੰਦਾ ਜੀ ਇਹ ਝੂਠ ਬੋਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਭੇਜੋ ਇਹਦੇ ਖੇਤਾਂ 'ਚ। ਬੰਦਾ ਭੇਜਿਆ, ਉਹ ਬੰਦਾ ਵੇਖਣ ਵਾਸਤੇ ਗਿਆ। ਜਦੋਂ ਖੇਤ ਉਹਦੇ ਖੇਤ ਵੇਖੇ ਅੱਗੇ ਨਾਲੋਂ ਵੀ ਦੂਣੇ ਚੂਣੇ ਹੋਏ ਸਨ ਜੀ। ਬੜਾ ਉਹਨੂੰ ਵੀ ਸੁਣ ਕੇ ਹੈਰਾਨੀ ਹੋਈ, ਉਹ ਆਪ ਵੀ ਵੇਖਣ ਆਇਆ ਜੀ। ਖੇਤ ਹੋਰ ਹਰੇ ਭਰੇ ਵਿਖੇ। ਇਹਦੇ ਤੋਂ ਬਾਅਦ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਨੇ ਮੱਝਾਂ ਲੈ ਕੇ ਜਾਣੀਆਂ, ਗਾਵਾਂ ਲੈ ਕੇ ਜਾਣੀਆਂ, ਉਹਨਾਂ ਨੂੰ ਚਰਾਉਣ ਵਾਸਤੇ ਲੈ ਕੇ ਜਾਣਾ। ਪਤਾ ਲੱਗ ਗਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਗਾਵਾਂ ਮੱਝਾਂ ਜਿਸ ਖੇਤ ਨੂੰ ਚਰ ਜਾਂਦੀਆਂ ਨੇ ਉਹ ਖੇਤ ਦੂਣੇ ਚੌਣੇ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਰੋਕਦਾ ਨਹੀਂ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੂੰ ਫਿਰ ਕਿਸੇ ਨੇ ਰੋਕਣਾ ਨਾ ਜੀ। ਉਹਨਾਂ ਕਹਿਣਾ ਅੱਛਾ ਇਹਨਾਂ ਦੀਆਂ ਗਾਵਾਂ ਮੱਝਾਂ ਨੇ ਜਿਸ ਖੇਤ 'ਚ ਚਰਨ ਪਾ ਤੇ ਉਹ ਗਾਵਾਂ ਮੱਝਾਂ ਨਿਹਾਲ ਜਾਂਦੇ ਜੀ। ਗੁਰੂ ਸਾਹਿਬ ਜੀ ਤਾਂ ਬਹੁਤ ਵੱਡੇ ਆ ਨਾ ਜੀ। ਗੁਰੂ ਸਾਹਿਬ ਦੀ ਤਾਂ ਕਿਆ ਹੀ ਬਾਤ ਹੈ। ਇਹ ਨਾ ਸੋਚਿਓ ਵੀ ਮੈਂ ਗੁਰੂ ਸਾਹਿਬ ਦੀ ਬਰਾਬਰੀ ਦਾ ਬਚਨ ਸੁਣਾਉਣ ਲੱਗਾ, ਬਿਲਕੁਲ ਨਹੀਂ। ਗੁਰੂ ਸਾਹਿਬ ਬਹੁਤ ਵੱਡੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਆ ਹੀ ਬਾਤ ਹੈ। ਗੁਰੂ ਸਾਹਿਬ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਪਰ ਪਿਆਰਿਓ, ਗੁਰੂ ਦੇ ਸਿੱਖਾਂ ਵਿੱਚ ਬੜੀਆਂ ਤਾਕਤਾਂ ਨੇ ਜੀ। ਜਿਨ੍ਹਾਂ ਨੂੰ ਕੋਈ ਨਹੀਂ ਨਾ ਜੀ ਜਾਣਦਾ, ਉਹਨਾਂ ਦੇ ਵਿੱਚ ਵੀ ਬੜੀਆਂ ਤਾਕਤਾਂ ਨੇ ਜੀ। ਉਹਨਾਂ ਦੇ ਵਿੱਚ ਵੀ ਬੜੀਆਂ ਤਾਕਤਾਂ ਨੇ। ਗੁਰੂ ਨਾਨਕ ਸਾਹਿਬ ਆਪ ਜਿਸ ਖੇਤ ਵਿੱਚ ਗਾਵਾਂ ਮੱਝਾਂ ਲੈ ਕੇ ਜਾਣਗੇ, ਉਸ ਖੇਤ ਦੀ ਤਰੱਕੀ ਕਿਉਂ ਨਹੀਂ ਹੋਏਗੀ ਜੀ? ਗੁਰੂ ਸਾਹਿਬ ਜੀ ਦੇ ਸਿੱਖ ਹੀ ਸਨ ਨਾ ਜੀ, ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਜੀ, ਬਾਬਾ ਬਕਾਲਾ ਸਾਹਿਬ ਦੇ ਲਾਗੇ ਆਸੇ ਪਾਸੇ ਇਲਾਕਾ ਉਹਨਾਂ ਨੂੰ ਜਾਣਦਾ। ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਨਿਹੰਗ ਸਿੰਘ ਜੀ। ਗੁਰੂ ਨਾਨਕ ਸਾਹਿਬ ਕਿੱਡੇ ਵੱਡੇ ਹੋਣਗੇ, ਮਹਾਰਾਜ ਦਾ ਤਾਂ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਜੀ। ਉਹ ਬਾਬਾ ਪਾਲਾ ਸਿੰਘ ਜੀ ਨੇ ਜਿਸ ਵੀ ਖੇਤ ਵਿੱਚ ਆਪਣੀਆਂ ਮੱਝਾਂ ਲੈ ਜਾਣੀਆਂ, ਗਾਵਾਂ ਲੈ ਜਾਣੀਆਂ, ਅਤੇ ਸਾਧ ਸੰਗਤ ਜੀ ਉਹ ਖੇਤ ਨੂੰ ਨਿਹਾਲ ਕਰ ਦੇਣਾ ਜੀ। ਅਤੇ ਲੋਕਾਂ ਨੂੰ ਚਾਅ ਚੜ੍ਹ ਜਾਣਾ ਵੀ ਬਾਬਾ ਪਾਲਾ ਸਿੰਘ ਗਊਆਂ ਵਾਲੇ ਆ ਗਏ ਆ ਜੀ। ਹੁਣ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਹੀ ਨੇ ਨਾ ਜੀ। ਜੇ ਗੁਰੂ ਸਾਹਿਬ ਦੇ ਸਿੱਖ 'ਚ ਇੰਨੀ ਤਾਕਤ ਹੋ ਸਕਦੀ ਹੈ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਆਪ ਨਿਰੰਕਾਰ ਹਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਵਿੱਚ ਕਿੰਨੀ ਵੱਡੀ ਤਾਕਤ ਹੋਏਗੀ। ਸੋ ਹੁਣ ਇਹਦੇ ਤੋਂ ਅੱਗੇ ਮਹਾਰਾਜ ਗਰੀਬ ਨਵਾਜ ਤਲਵੰਡੀ ਦੀ ਧਰਤੀ ਵਿੱਚ ਵਿਚਰ ਰਹੇ ਹਨ, ਤਲਵੰਡੀ ਦੇ ਵਿੱਚ ਰਹਿਮਤਾਂ ਕਰ ਰਹੇ ਹਨ। ਸਿਆਣੇ ਸਿਆਣੇ ਜਿਹੜੇ ਅਭਿਆਸੀ ਗੁਰਸਿੱਖ ਹਨ ਉਹ ਮਹਾਰਾਜ ਜੀ ਦੀਆਂ ਰਹਿਮਤਾਂ ਨੂੰ ਸਮਝ ਰਹੇ ਹਨ। ਆਓ ਬੜੇ ਪਿਆਰ ਦੇ ਨਾਲ ਅੱਗੋਂ ਸਰਵਣ ਕਰੀਏ। ਜੋੜੋ ਦੋਵੇਂ ਹੱਥ, ਕਹੋ ਪਿਆਰ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਸ ਬਿਦ ਜਹ ਬਨ ਬਡ ਸ਼ਬ ਧਾਰੀ। ਇਸ ਤਰੀਕੇ ਨਾਲ ਸਮੇਂ ਦੇ ਨਾਲ ਖੇਤ ਵੀ ਵੱਡੇ ਹੋਏ ਆ, ਰੁੱਖ ਜੰਗਲ ਸਾਰੇ ਵੱਡੇ ਹੋ ਰਹੇ ਹਨ। ਹਾਂਜੀ। ਵਿਚਰਤ ਤਹਿ ਨਾਨਕ ਸੁਖਕਾਰੀ। ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤਲਵੰਡੀ ਦੇ ਵਿੱਚ ਵਿਚਰ ਕੇ ਸਭ ਨੂੰ ਸੁੱਖ ਦੇ ਰਹੇ ਹਨ। ਕੀ ਰੁੱਖ, ਕੀ ਪਸ਼ੂ, ਕੀ ਪੰਛੀ, ਕੀ ਮਨੁੱਖ, ਹਰ ਇੱਕ ਨੂੰ ਸੁੱਖ ਮਿਲ ਰਿਹਾ ਹੈ। ਹਾਂਜੀ। ਮਾਸ ਵਿਸਾਖ ਵਿਖੇ ਗੁਣ ਐਨਾ। ਵਿਸਾਖ ਦਾ ਮਹੀਨਾ ਹੈ ਸਾਧ ਸੰਗਤ ਜੀ। ਹਾਂਜੀ। ਚਾਰ ਤਾਂ ਮਹਿਕ ਪੁੰਨ ਧੇਨਾ। ਤੇ ਵਿਸਾਖ ਦੇ ਮਹੀਨੇ ਵਿੱਚ ਜੀ, ਆਹ ਕਿਹੜਾ ਮਹੀਨਾ ਜੀ ਭਲਾ? ਵਿਸਾਖ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਆ ਵੀ ਵਿਸਾਖ ਦਾ ਮਹੀਨਾ ਚੱਲ ਰਿਹਾ ਜੀ। ਵਿਸਾਖ ਦਾ ਮਹੀਨਾ ਹੈ, ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਸਾਖ ਦੇ ਮਹੀਨੇ ਦੇ ਵਿੱਚ ਗਾਵਾਂ ਮੱਝਾਂ
ਚਰਾਉਣ ਵਾਸਤੇ ਲੈ ਕੇ ਜਾ ਰਹੇ ਹਨ। ਹਾਂਜੀ ਮਰਿਦਲ ਹਰਿਤ ਜੇ ਤ੍ਰਿਣ ਨਵੀਨਾ ਕੋਮਲ ਹਰਿਆ ਘਾਹ ਵੇਖ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇਖ ਚਰਾਵਹਿ ਦਾਨੀ ਦੀਨਾ ਗਾਵਾਂ ਮੱਝਾਂ ਨੂੰ ਉਸ ਖੇਤ ਵਿੱਚ ਪਾ ਦਿੰਦੇ ਹਨ ਜਿੱਥੇ ਉਸ ਧਰਤੀ 'ਤੇ ਛੱਡ ਦਿੰਦੇ ਨੇ ਜਿੱਥੇ ਹਰਿਆ ਹਰਿਆ ਘਾਹ ਹੁੰਦਾ ਹੈ ਉੱਥੇ ਮਹਾਰਾਜ ਪਸ਼ੂਆਂ ਨੂੰ ਛੱਡ ਦਿੰਦੇ ਹਨ। ਹਾਂਜੀ ਜਬ ਬਾਸੁਰ ਜੁਗ ਜਾਮ ਬਿਤਿਓਤਾ ਹਾਂਜੀ ਮਾਰ ਤੰਡ ਕੀ ਚੰਡ ਦਿਓਤਾ ਹੁਣ ਦਿਨੇ ਦਿਨੇ ਗਾਵਾਂ ਮੱਝਾਂ ਨੇ ਚਾਹ ਕਰਨ ਘਾਹ ਚਰਨਾ ਮਹਾਰਾਜ ਨੇ ਨਾਲ ਨਾਲ ਤੁਰੇ ਰਹਿਣਾ ਪਰ ਜਦੋਂ ਦੁਪਹਿਰ ਹੋ ਜਾਂਦੀ ਸੀ ਨਾ ਜੀ ਅਤੇ ਦੁਪਹਿਰੇ ਗਰਮੀ ਵੱਧ ਜਾਂਦੀ ਹੈ। ਹਾਂਜੀ ਸ਼ਰਮਤ ਕੁਛ ਕ ਹੋਏ ਕਰ ਅਲਸਾਏ ਗਰਮੀ ਬੜੀ ਤਿੱਖੀ ਹੋ ਗਈ ਜੀ ਇੱਕ ਦਿਨ ਸੂਰਜ ਬੜਾ ਤਿੱਖਾ ਵੱਜੇ ਜੀ ਆ ਵੀ ਜਿਹੜਾ ਮਹੀਨਾ ਵਿਸਾਖ ਦਾ ਮਹੀਨਾ ਇਸ ਵਾਰ ਤਾਂ ਸਗੋਂ ਗਰਮੀ ਘੱਟ ਪੈ ਰਹੀ ਹੈ ਨਹੀਂ ਤਾਂ ਇਸ ਮਹੀਨੇ 'ਚ ਪੂਰੀ ਗਰਮੀ ਹੁੰਦੀ ਹੈ ਜੀ ਪੂਰੀ ਗਰਮੀ ਹੁੰਦੀ ਮਹਾਰਾਜ ਮੇਰੀ ਰੱਖਣ ਸੱਚੇ ਪਾਤਸ਼ਾਹ ਬਾਲੀ ਤਿੱਖੀ ਅਸੀਂ ਕੀ ਕਰਨੀ ਹੈ ਜੀ ਅੱਜ ਕੇ ਆਖੋ ਵਾਹਿਗੁਰੂ ਪਰ ਸਾਰਾ ਕੁਝ ਕੁਦਰਤ ਦਾ ਨਿਯਮ ਹੈ ਜੀ ਉਹਦੇ ਨਿਯਮ ਵਿੱਚ ਹੀ ਭਲਾ ਹੈ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਗਾਵਾਂ ਮੱਝਾਂ ਚਰਾ ਰਹੇ ਹਨ ਦੁਪਹਿਰ ਦਾ ਸਮਾਂ ਹੈ ਅਤੇ ਸੂਰਜ ਦੀ ਧੁੱਪ ਬੜੀ ਤਿੱਖੀ ਹੋ ਗਈ ਹੈ ਜੀ ਹਾਂਜੀ ਚਾਰਤ ਧੇਨ ਟਿਕੇ ਇੱਕ ਥਾਏ ਮਹਾਰਾਜ ਸੱਚੇ ਪਾਤਸ਼ਾਹ ਗਊਆਂ ਚਾਰਦੇ ਹੋਏ ਇੱਕ ਥਾਂ ਤੇ ਬੈਠ ਗਏ ਜੀ ਹਾਂਜੀ ਵੇਖ ਕਰ ਬਰ ਤਰਵਰ ਕੀ ਛਾਇਆ ਉੱਥੇ ਨਾ ਜੀ ਰੁੱਖ ਬੜਾ ਸੰਘਣਾ ਜੀ ਗੱਜ ਕੇ ਆਖੋ ਵਾਹਿਗੁਰੂ ਰੁੱਖ ਬੜਾ ਸੰਘਣਾ ਬੜਾ ਵੱਡਾ ਰੁੱਖ ਹੈ ਉਹਦੀ ਛਾਂ ਬੜੀ ਸੰਘਣੀ ਹੈ ਜੀ ਹਾਂਜੀ ਸੈਨ ਕਰਨ ਹਿਤ ਚਿਤ ਬਿਰਮਾਇਆ ਮਹਾਰਾਜ ਸੱਚੇ ਪਾਤਸ਼ਾਹ ਬਾਲ ਰੂਪ ਵਿੱਚ ਹਨ ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੁਰਨਾ ਬਣਾਇਆ ਕੁਝ ਸਮਾਂ ਆਰਾਮ ਕਰ ਦੀਏ ਗੱਜ ਕੇ ਆਖੋ ਵਾਹਿਗੁਰੂ ਅਸਲ ਵਿੱਚ ਫੁਰਨਾ ਵੀ ਕਿਸੇ ਦੇ ਭਲੇ ਵਾਸਤੇ ਹੀ ਹੈ ਜੀ ਹਾਂਜੀ ਮੰਦ ਸੁਗੰਧ ਸੀਤ ਬਹਿ ਪਾਉਨਾ ਹੁਣ ਰੁੱਖ ਦੇ ਹੇਠਾਂ ਛਾਂ ਅਤੇ ਹਵਾ ਵਗ ਰਹੀ ਸੀ ਰੁੱਖ ਦੇ ਪੱਤੇ ਹਿੱਲ ਰਹੇ ਸਨ ਅਤੇ ਮਹਾਰਾਜ ਜਦੋਂ ਛਾਵੇਂ ਆਰਾਮ ਕਰਨ ਵਾਸਤੇ ਲੰਮੇ ਪੈ ਗਏ ਨਾ ਜੀ ਅਤੇ ਸਤਿਗੁਰੂ ਜੀ ਦੇ ਮੁੱਖ ਨੂੰ ਠੰਡੀ ਠੰਡੀ ਹਵਾ ਲੱਗ ਰਹੀ ਹੈ ਹਾਂਜੀ ਮਰਿਦਲ ਸੋ ਦਲ ਲੈ ਕੀ ਨ ਬਿਛੋਨਾ ਕੋਮਲ ਪੱਤੇ ਜਿਹੜੇ ਆ ਉਹ ਇੱਕ ਦੂਜੇ ਨਾਲ ਹਿੱਲ ਰਹੇ ਆ ਹਵਾ ਵਗ ਰਹੀ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖੜੇ ਵੱਲ ਹਾਂਜੀ ਤਾਂ ਪਰ ਬਸਤਰ ਵਿਛਾਇਓ ਸਵੇਤਾ ਮਹਾਰਾਜ ਨੇ ਨਾ ਜੀ ਇੱਕ ਚਿੱਟੇ ਰੰਗ ਦਾ ਬਸਤਰ ਵਿਛਾ ਲਿਆ ਥੱਲੇ ਜੀ ਹਾਂਜੀ ਪੌਡ ਰਹੇ ਪੁਨ ਕਿਰਪਾ ਨਕੇਤਾ ਤੇ ਕਿਰਪਾ ਨੇ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਰੁੱਖ ਦੇ ਹੇਠਾਂ ਲੰਮੇ ਪੈ ਗਏ ਜੀ ਗੱਜ ਕੇ ਆਖੋ ਵਾਹਿਗੁਰੂ ਉਸ ਰੁੱਖ ਦੇ ਹੇਠਾਂ ਲੰਮੇ ਪੈ ਗਏ ਜੀ ਹਾਂਜੀ ਭਏ ਨੀਂਦ ਵਸ ਮੂੰਦਤ ਲੋਚਨ ਤੇ ਮਹਾਰਾਜ ਲੀਲਾ ਰਚ ਰਹੇ ਹਨ ਸੱਚੇ ਪਾਤਸ਼ਾਹ ਨੇਤਰ ਬੰਦ ਕਰ ਲਏ ਤੇ ਇਉਂ ਲੱਗੇ ਵੀ ਜਿਵੇਂ ਮਹਾਰਾਜ ਨੂੰ ਨੀਂਦ ਆ ਗਈ ਹੁੰਦੀ ਹੈ ਸੱਚੇ ਪਾਤਸ਼ਾਹ ਨੂੰ ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਉਂ ਲੱਗੇ ਵੀ ਜਿਵੇਂ ਨੀਂਦ ਆ ਗਈ ਹੈ ਸੱਚੇ ਪਾਤਸ਼ਾਹ ਨੂੰ ਹਾਂਜੀ ਕਰੁਣਾ ਖਾਨ ਜੇ ਸੋਚ ਬਿਮੋਚਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਮੁੰਦੇ ਹੋਏ ਨੇ ਲੰਮੇ ਪਏ ਨੇ ਤੁਸੀਂ ਹਿਸਾਬ ਲਾਓ ਕਿੱਡੇ ਸੋਹਣੇ ਲੱਗਦੇ ਹੋਣਗੇ ਮਹਾਰਾਜ ਹਾਂਜੀ ਘੱਟ ਕਟਕਾ ਜਬ ਸੋਤੇ ਬੀਤੀ ਤੇ ਇਸ ਤਰੀਕੇ ਦੇ ਨਾਲ ਛੇ ਘੜੀਆਂ ਡੇਢ ਪਹਿਰ ਬਣ ਗਿਆ ਜੀ ਛੇ ਘੜੀਆਂ ਮਹਾਰਾਜ ਨੇ ਨੇਤਰ ਬੰਦ ਰੱਖੇ ਜੀ ਹਾਂਜੀ ਤਰਵਰ ਕੀ ਛਾਇਆ ਵਿਪਰੀਤੀ ਤੇ ਸੂਰਜ ਦੇ ਅਨੁਸਾਰ ਸਮੇਂ ਦੇ ਅਨੁਸਾਰ ਰੁੱਖ ਦੀ ਛਾਂ ਬਦਲ ਗਈ ਜੀ ਗੱਜ ਕੇ ਆਖੋ ਵਾਹਿਗੁਰੂ ਜਦੋਂ ਮਹਾਰਾਜ ਆਰਾਮ ਕਰਨ ਲਈ ਲੰਮੇ ਪਏ ਹੈ ਨਾ ਉਦੋਂ ਤੇ ਛਾਂ ਉਸੇ ਪਾਸੇ ਸੀ ਪਰ ਸਮੇਂ ਦੇ ਅਨੁਸਾਰ ਛਾਂ ਬਦਲ ਕੇ ਦੂਜੇ ਪਾਸੇ ਹੋ ਗਈ ਜੀ ਹਾਂਜੀ ਪਛਮ ਦਿਸ਼ਾ ਤਰਨ ਬਹੁ ਜਾਵਾ ਲਹਿੰਦੇ ਵਾਲੇ ਪਾਸੇ ਸੂਰਜ ਹੋ ਗਿਆ ਜੀ ਸਹਿਜੇ ਸਹਿਜੇ ਹਾਂਜੀ ਮੁਖ ਪੰਕਜ ਪਰ ਆਤਪ ਆਵਾ ਤੇ ਮਹਾਰਾਜ ਤੇ ਆਰਾਮ ਕਰ ਰਹੇ ਨੇ ਤੇ ਮੇਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਮੁਖ ਉੱਤੇ ਧੁੱਪ ਪੈ ਰਹੀ ਹੈ ਜੀ ਧੁੱਪ ਪੈ ਰਹੀ ਹੈ ਤਿੱਖੀ ਧੁੱਪ ਪੈ ਰਹੀ ਦੂਜੇ ਪਾਸਿਓਂ ਹਾਂਜੀ ਸੇਵਦੰ ਬ੍ਰਿੰਦ ਬੂੰਦ ਮਕਰੰਦਾ ਹਾਂਜੀ
ਰਾਜਤ ਜਿਵ ਪਾਤਨ ਅਰਬਿੰਦਾ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਦੱਸ ਰਹੇ ਹੈ, ਲਿਖ ਰਹੇ ਹੈ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਦੱਸ ਰਹੇ ਹੈ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ, ਜਦੋਂ ਮਹਾਰਾਜ ਆਰਾਮ ਕਰਨ ਲਈ ਲੰਮੇ ਪਏ ਹੋਏ ਆ ਨਾ, ਨੇਤਰ ਬੰਦ ਨੇ, ਇਉਂ ਲੱਗਦਾ ਜਿਵੇਂ ਨੀਂਦ ਵਸ ਹੋਣ, ਅਤੇ ਗੁਰੂ ਸਾਹਿਬ ਦੇ ਮੁੱਖ ਤੋਂ ਨਾ ਪਸੀਨੇ ਦੀਆਂ ਬੂੰਦਾਂ ਵੀ ਵਗ ਰਹੀਆਂ ਥੱਲੇ ਜੀ, ਪਸੀਨੇ ਦੀਆਂ ਬੂੰਦਾਂ ਵਗ ਰਹੀਆਂ ਹਨ। ਹਾਂਜੀ, ਕਿੱਦੋਂ ਚੰਦਰਮਾ ਮੰਡਲ ਮਾਹੀ, ਕਹਿੰਦੇ ਇਉਂ ਲੱਗਦਾ ਜਿਵੇਂ ਚੰਦ ਵਰਗੇ ਮੁੱਖ ਵਿੱਚੋਂ ਨਾ ਅੰਮ੍ਰਿਤ ਦੇ ਕਿਣਕੇ ਚੋ ਰਹੇ ਹੋਣ। ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਚੋਂ, ਸਰੀਰ ਵਿੱਚੋਂ ਪਸੀਨਾ ਆ ਰਿਹਾ ਹੈ। ਹਾਂਜੀ, ਕਿਨਕਾ ਸਰਵਤ ਮਯੂਖ ਸੁਹਾਹੀ, ਹਾਂਜੀ, ਸੇਖ ਨਾਗ ਲਖ ਸੈਨ ਮਿਲਾਪੀ, ਹਾਂਜੀ, ਆਤਮ ਉਥ ਪਿਓ ਇਉਂ ਉਰ ਥਾਪੀ। ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ ਤੋਂ ਪਸੀਨਾ ਚੋ ਰਿਹਾ ਹੈ, ਅਤੇ ਉਸੇ ਰੁੱਖ ਦੇ ਹੇਠਾਂ ਖੁੱਡ ਵਿੱਚ ਨਾ ਜੀ ਇੱਕ ਸ਼ੇਸ਼ ਨਾਗ ਰਹਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਸ਼ੇਸ਼ ਨਾਗ ਰਹਿੰਦਾ ਹੈ, ਜਿਹੜਾ ਸ਼ੇਸ਼ ਨਾਗ ਹੈ ਉਹ ਬਾਹਰ ਆਇਆ, ਦਰਸ਼ਨ ਕੀਤੇ ਉਹਨੇ ਮਹਾਰਾਜ ਦੇ, ਅਤੇ ਵੇਖ ਲਓ ਸ਼ੇਸ਼ ਨਾਗ ਨੂੰ ਮਹਾਰਾਜ ਦੇ ਦਰਸ਼ਨ ਕਰਕੇ ਠੰਡ ਪੈ ਰਹੀ ਹੈ ਜੀ, ਠੰਡ ਪੈ ਰਹੀ ਹੈ। ਹੁਣ ਇਹ ਕੀ ਖੇਡ ਹੈ ਉਹ ਤਾਂ ਉਹੀ ਜਾਣਦਾ, ਤਾਂ ਜ਼ਹਿਰ ਦਾ ਭਰਿਆ ਹੈ ਜੀ, ਉਹੀ ਜਾਣਦਾ। ਅਤੇ ਗੁਰਮੁਖੋ, ਸ਼ੇਸ਼ ਨਾਗ ਸੋਚਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁੱਖ 'ਤੇ ਪੈ ਰਹੀ ਧੁੱਪ ਨੂੰ ਕਿਵੇਂ ਪਾਸੇ ਲੈ ਜਾਂ, ਇੱਕ ਪਾਸੇ ਧੁੱਪ ਕਿਵੇਂ ਦੂਰ ਕਰਾਂ, ਇੰਨਾ ਸੋਹਣਾ ਸਰੂਪ ਹੈ, ਇਹਨਾਂ ਦੇ ਮੁੱਖ 'ਤੇ ਧੁੱਪ ਨਹੀਂ ਪੈਣੀ ਚਾਹੀਦੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਸਾਹਿਬ ਬੜੇ ਵੱਡੇ ਹੈ, ਇੱਕ ਖਿੰਨ ਵਾਸਤੇ ਬੇਨਤੀ ਕਰਕੇ ਫਿਰ ਲੜੀਵਾਰ ਪ੍ਰਸੰਗ ਦੀ ਬੇਨਤੀ ਕਰਾਂਗਾ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਸ਼, ਜਵਾਨੀ ਦਾ ਸਮਾਂ ਮਹਾਂਪੁਰਖ ਬੜਾ ਜਪ ਤਪ ਕਰਦੇ, ਬੜਾ ਹੀ ਜਪ ਤਪ ਕਰਨਾ, ਪਾਣੀ ਦੇ ਵਿੱਚ ਖਲੋ ਕੇ ਭਜਨ ਪਾਠ ਕਰਨਾ ਮਹਾਂਪੁਰਸ਼ਾਂ ਨੇ। ਇੱਕ ਸਿੰਘ ਦੀ ਡਿਊਟੀ ਲਾਈ ਸੀਗੀ ਕਿ ਤੂੰ ਇੰਨੇ ਵਜੇ ਆ ਕੇ ਪ੍ਰਸ਼ਾਦਾ ਦੇ ਕੇ ਜਾਣਾ। ਉਹ ਰੋਜ਼ ਆਪਣੇ ਸਮੇਂ ਅਨੁਸਾਰ ਆਉਂਦਾ, ਮਹਾਂਪੁਰਸ਼ਾਂ ਲਈ ਪ੍ਰਸ਼ਾਦਾ ਰੱਖ ਜਾਂਦਾ ਜੀ। ਮਹਾਂਪੁਰਸ਼ ਉੱਠਦੇ, ਪਾਣੀ 'ਚੋਂ ਉੱਠਦੇ, ਖਲੋ ਕੇ ਜਪ ਤਪ ਕਰਦੇ ਸਨ, ਪਾਣੀ 'ਚੋਂ ਨਿਕਲ ਕੇ ਆ ਕੇ ਪ੍ਰਸ਼ਾਦਾ ਛਕ ਲੈਣਾ। ਇੱਕ ਦਿਨ ਉਹ ਬੰਦਾ ਪਹਿਲਾਂ ਆ ਗਿਆ ਜੀ, ਠੰਡ ਦਾ ਸਮਾਂ, ਅਤੇ ਸੰਤ ਮਹਾਰਾਜ ਜਲ ਦੇ ਵਿੱਚ ਖਲੋ ਕੇ ਭਜਨ ਕਰਨ ਦੇ, ਸਮੇਂ ਤੋਂ ਪਹਿਲਾਂ ਆ ਗਿਆ, ਤਾਂ ਕੀ ਵੇਖਦਾ, ਬੜਾ ਵੱਡਾ ਅਜਗਰ ਹੈ, ਅਤੇ ਉਹਨੇ ਮਹਾਂਪੁਰਖਾਂ ਦੇ ਸਰੀਰ ਨੂੰ ਲਪੇਟੇ ਮਾਰੇ ਹੋਏ ਹੈ। ਉਹ ਬੜਾ ਹੈਰਾਨ ਹੋ ਗਿਆ, ਉਹਨੇ ਸੋਚਿਆ ਵੀ ਅਜਗਰ ਖਾ ਲਏਗਾ। ਆ ਕੇ ਪਿੰਡ 'ਚ ਰੌਲਾ ਪਾ ਦਿੱਤਾ ਕਿ ਅੱਜ ਮਹਾਂਪੁਰਖਾਂ ਨੂੰ ਅਜਗਰ ਨੇ ਮਾਰਤਾ ਹੋਣਾ, ਖਾ ਲਿਆ ਹੋਣਾ। ਅਤੇ ਕੁਝ ਸਮੇਂ ਬਾਅਦ ਮਹਾਂਪੁਰਖ ਜਿਉਂਦੇ ਜਾਗਦੇ ਵਾਪਸ ਤੁਰੇ ਆਉਣ ਦੀ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ, ਜਦੋਂ ਜਿਉਂਦੇ ਜਾਗਦੇ ਵਾਪਸ ਤੁਰੇ ਆਉਣ, ਉਹ ਮਨੁੱਖ ਵੇਖ ਕੇ ਹੈਰਾਨ ਹੋ ਗਿਆ। ਉਹ ਸੇਵਾਦਾਰ ਕਹਿੰਦਾ ਜੀ, ਮੈਂ ਤਾਂ ਸੋਚਿਆ ਤੁਹਾਨੂੰ ਅਜਗਰ ਨੇ ਖਾ ਲਿਆ ਹੋਣਾ, ਮਾਰਤਾ ਹੋਣਾ। ਕਹਿੰਦੇ ਭਾਈ, ਤੈਨੂੰ ਆਖਿਆ ਸੀ ਸਮੇਂ ਸਿਰ ਆਇਆ ਕਰੀਂ, ਤੂੰ ਸਮੇਂ ਤੋਂ ਪਹਿਲਾਂ ਆ ਗਿਆ, ਤਾਂ ਵੇਖ ਕੇ ਡਰ ਗਿਆ। ਇਹ ਅੱਜ ਨਹੀਂ, ਇਹ ਰੋਜ਼ ਆਉਂਦਾ, ਜਦੋਂ ਭਜਨ ਕਰਦਾ ਠੰਡ ਦਾ ਸਮਾਂ ਹੁੰਦਾ, ਕਿਸੇ ਬਸਤਰ ਦੀ ਲੋੜ ਹੁੰਦੀ ਹੈ, ਇਹ ਅਜਗਰ ਮੇਰੇ ਸਰੀਰ ਨੂੰ ਆ ਕੇ ਨਿੱਘ ਦਿੰਦਾ ਹੈ। ਕਹਿਣ ਲੱਗੇ, ਇਹ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਬਚਨ ਹੈ, ਮਹਾਂਪੁਰਸ਼ਾਂ ਦਾ, ਭਿੰਡਰਾਂ ਵਾਲੇ। ਅਤੇ ਮਹਾਰਾਜ ਦੀ ਬਾਣੀ ਦਾ ਪ੍ਰਮਾਣ ਸੁਣਿਓ, ਲੱਖ 84 ਮਿਦ ਨਹੀਂ ਸਭ ਸੇਵ ਕਰਨ ਦਾ, ਜਿਹੜਾ ਨਾਮ ਜਪਦਾ ਵਾਹਿਗੁਰੂ ਵਾਹਿਗੁਰੂ ਜਪਦਾ, 84 ਲੱਖ ਜੂਨੀਆਂ ਸਾਰੀ ਧਰਤੀ ਉਹਦੀ ਸੇਵਾ ਵਿੱਚ ਲੱਗ ਜਾਂਦੇ ਹੈ।
ਤੇ ਕਦੇ ਪਿਆਰ ਨਾਲ ਗੱਜ ਕੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਉਹ ਸ਼ੇਸ਼ਨਾਗ ਕੀ ਸੋਚਦਾ ਹੈ? ਸ਼ੇਸ਼ਨਾਗ ਸੋਚਦਾ ਹੈ ਇਹਨਾਂ ਦੇ ਮੁੱਖ 'ਤੇ ਧੁੱਪ ਪੈ ਰਹੀ ਹੈ, ਮੈਂ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਮੁੱਖ ਤੋਂ ਪੈ ਰਹੀ ਧੁੱਪ ਨੂੰ ਦੂਰ ਕਰਾਂ। ਹਾਂਜੀ, ਸਵੇਤ ਵਰਨ ਗੋਦ ਗਦ ਨਵੀਨਾ, ਹਾਂਜੀ, ਤਰ ਦੂਸਰ ਤਨ ਆਵ ਪਰਬੀਨਾ। ਕਾਲਾ ਰੰਗ ਨਹੀਂ ਉਹਨੇ ਆਪਣੇ ਸਰੀਰ ਦਾ ਰਹਿਣ ਦਿੱਤਾ। ਜਿਹੜਾ ਸ਼ੇਸ਼ ਨਾਗ ਹੈ ਸਮੇਂ ਨਾਲ ਰੰਗ ਰੂਪ ਵੀ ਬਦਲ ਲੈਂਦਾ ਹੈ। ਸ਼ੇਸ਼ ਨਾਗ ਨੇ ਗਾਂ ਦੇ ਸਜਰੇ ਦੁੱਧ ਵਰਗਾ ਸਾਧ ਸੰਗਤ ਜੀ ਆਪਣਾ ਤਨ ਕਰ ਲਿਆ, ਆਪਣਾ ਰੰਗ ਚਿੱਟਾ ਕਰ ਲਿਆ। ਹਾਂਜੀ, ਸੁੰਦਰ ਸੁਖ ਮੰਦਰ ਕੋ ਦੇਖੀ, ਕੀਨ ਬੰਦਨਾ ਪ੍ਰੀਤ ਵਿਸੇਖੀ। ਤੇ ਜਦੋਂ ਅੱਗੇ ਹੋ ਕੇ ਸ਼ੇਸ਼ ਨਾਗ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੇ ਮੁਖੜੇ ਦੇ ਦਰਸ਼ਨ ਕਰਦਾ ਹੈ ਨਾ, ਤੇ ਸ਼ੇਸ਼ ਨਾਗ ਦੇ ਅੰਦਰ ਪਿਆਰ ਵੱਧ ਰਿਹਾ ਹੈ ਜੀ, ਉਹਦੇ ਅੰਦਰ ਪਿਆਰ ਵੱਧ ਰਿਹਾ ਸਤਿਗੁਰੂ ਦੇ ਦਰਸ਼ਨ ਕਰਕੇ। ਹਾਂਜੀ, ਬਹੁਤੋ ਤੀਨ ਪ੍ਰਦਰਸ਼ਨਾ ਕੀ, ਬਹੁਰੋ ਤੀਨ ਪ੍ਰਦਰਸ਼ਨਾ ਦੀਨੀ ਸਾਧ ਸੰਗਤ। ਬਾਅਦ ਚੋਂ ਸ਼ੇਸ਼ ਨਾਗ ਨੇ ਪਤਾ ਕੀ ਕੀਤਾ? ਤਿੰਨ ਵਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਪਰਿਕਰਮਾ ਕੀਤੀ ਜੀ ਉਹਨੇ ਜੀ। ਸਾਡੇ ਵੀਰ ਕਹਿੰਦੇ ਆ ਗੁਰੂ ਨੂੰ ਪਰਿਕਰਮਾ ਨਾ ਕਰੋ, ਅਤੇ ਇੱਥੇ ਮੈਂ ਬੇਨਤੀ ਕਰਾਂ ਇਹੋ ਜਿਹੇ ਭੁੱਲੜਾਂ ਨੂੰ ਸੁਣਨ ਦੀ ਲੋੜ ਨਹੀਂ ਪਿਆਰਿਓ। ਆਹ ਵੇਖੋ ਸ਼ੇਸ਼ ਨਾਗ ਨਾਗ ਹੋ ਕੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ ਹੈ। ਜਿਹੜਾ ਸੁੱਖ, ਜਿਹੜਾ ਸਿੱਖ ਹਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਪਰਿਕਰਮਾ ਕਰਦਾ, ਹੱਥ ਜੋੜ ਕੇ ਤੁਰਦਾ, ਪਿਆਰੇ ਉਹਨੂੰ ਬਹੁਤ ਕੁਝ ਮਿਲਦਾ ਜੀ, ਉਹਨੂੰ ਬਹੁਤ ਕੁਝ ਮਿਲ ਜਾਂਦਾ। ਸ਼ੇਸ਼ ਨਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ ਤਿੰਨ ਜੀ। ਹਾਂਜੀ, ਸੀਸ ਦਿਸ਼ਾ ਨਿਜ ਸਥਿਤ ਕੀਨੀ। ਤੇ ਫਿਰ ਪਤਾ ਕੀ ਕੀਤਾ? ਕਿਉਂ ਸਿਰ ਵਾਲੇ ਪਾਸੇ ਆਉਣਾ ਹੈ ਉਹਨੇ, ਐਵੇਂ ਨਹੀਂ ਸੀ ਆ ਸਕਦਾ। ਪਹਿਲਾਂ ਚਰਨਾਂ ਵਾਲੇ ਪਾਸੇ ਜਾ ਕੇ ਨਮਸਕਾਰ ਕੀਤੀ ਹੈ, ਫਿਰ ਸੀਸ ਵਾਲੇ ਪਾਸੇ ਆ ਕੇ ਬੈਠ ਗਿਆ। ਹੇਤ ਛਾਉ ਕੇ ਫਨ ਬਿਸਥਾਰਾ, ਗੱਜ ਕੇ ਆਖੋ ਵਾਹਿਗੁਰੂ। ਆਪਣੀ ਇੱਛਾ ਅਨੁਸਾਰ ਸਰੀਰ ਵਧਾਇਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖ ਦੇ ਉੱਤੇ ਆਪਣੇ ਫਨ ਫਲਾਰ ਲਏ ਜੀ ਉਹਨੇ ਜੀ, ਫਨਾਂ ਦਾ ਵਿਸਥਾਰ ਕੀਤਾ ਉਹਨੇ। ਆਪਣੇ ਫਨ ਖਿਲਾਰ ਦਿੱਤੇ ਜੀ। ਹਾਂਜੀ, ਉੱਚੋ ਫਨ ਅਸ ਸੋਭਾ ਪਾਈ, ਉੱਚੇ ਫਨ ਸਨ, ਉੱਚਾ ਸਰੀਰ ਕਰਕੇ ਸਾਧ ਸੰਗਤ ਜੀ ਜਦੋਂ ਉਹਨੇ ਕੀਤਾ, ਕਹਿੰਦੇ ਇਸ ਤਰ੍ਹਾਂ ਦਾ ਲੱਗਦਾ ਸੀਗਾ ਉਹ ਨਾਗ ਨੇ ਜਦੋਂ ਛਾਂ ਕੀਤੀ ਮਹਾਰਾਜ ਜੀ ਉੱਤੇ। ਹਾਂਜੀ, ਕਿੱਥੋਂ ਸਿੰਧ ਸੀ ਸੈਨ ਬਣਾਈ, ਕਿੱਥੋਂ ਸਿੰਧ ਸੀ ਸੈਨ ਬਣਾਈ, ਗੱਜ ਕੇ ਆਖੋ ਵਾਹਿਗੁਰੂ। ਮਾਨੋ ਸਮੁੰਦਰ ਵਰਗੀ ਸੇਜਾ ਬਣਾ ਲਈ ਹੋਵੇ ਮਹਾਰਾਜ ਦੇ ਸੀਸ ਉੱਤੇ ਉਹਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਐ ਚਿੱਟਾ ਚਿੱਟਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਸੀਸ ਉੱਤੇ ਮੁੱਖ ਵਾਲੇ ਪਾਸੇ ਫਨ ਫਲਾਰ ਕੇ ਸੇਵਾ ਚ ਲੱਗ ਗਿਆ। ਹਾਂਜੀ, ਸਭ ਸਰੀਰ ਪਰ ਜਿਸ ਕੀ ਛਾਇਆ, ਜੜ ਸਾ ਥਿਰ ਨਹਿ ਨੈਕ ਡੁਲਾਇਆ, ਗੱਜ ਕੇ ਆਖੋ ਵਾਹਿਗੁਰੂ। ਤੇ ਪਿਆਰਿਓ ਸੱਪ ਨੂੰ ਵੇਖੋ ਕਿੰਨੀ ਸੋਝੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁੱਖ ਮੰਡਲ ਤੇ ਛਾਂ ਕਰਕੇ ਤੇ ਹਿੱਲ ਨਹੀਂ ਰਿਹਾ ਉਹ, ਗੱਜ ਕੇ ਆਖੋ ਵਾਹਿਗੁਰੂ। ਜੇ ਮੈਂ ਹਿੱਲਦਾ, ਸੱਪ ਸੋਚਦਾ ਜੇ ਮੈਂ ਹਿੱਲਦਾ ਤੇ ਛਾਂ ਹਿੱਲ ਜਾਏਗੀ ਤੇ ਮੁੜ ਧੁੱਪ ਨਾ ਆਵੇ, ਧੁੱਪ ਦੀ ਇੱਕ ਕਿਰਨ ਗੁਰੂ ਨਾਨਕ ਸਾਹਿਬ ਦੇ ਮੁਖੜੇ 'ਤੇ ਨਾ ਪਵੇ। ਸੱਪ ਐਂ ਟਿਕ ਗਿਆ, ਐਂ ਟਿਕਿਆ ਹੋਇਆ ਜਿਵੇਂ ਪੱਥਰ ਦਾ ਹੁੰਦਾ ਹੈ, ਨੇ ਪ੍ਰਾਣ ਹੈ ਸਤਿਆ ਪਰ ਐਂ ਟਿਕ ਗਿਆ, ਸੱਪ ਹਿੱਲਦਾ ਨਹੀਂ ਹੈ। ਸੱਪ ਮਹਾਰਾਜ ਜੀ ਦੇ ਮੁਖ ਤੇ ਛਾਂ ਕਰਕੇ ਬੈਠਾ ਆਪਣੇ ਆਪ ਨੂੰ ਨਹੀਂ ਹਿਲਾਉਂਦਾ, ਗੱਜ ਕੇ ਆਖੋ ਵਾਹਿਗੁਰੂ। ਆਪਣੇ ਆਪ ਨੂੰ ਨਹੀਂ ਹਿਲਾਉਂਦਾ, ਇਸ ਤਰੀਕੇ ਨਾਲ ਛਾਂ ਕੀਤੀਆਂ ਕੁਝ ਸਮਾਂ ਲੰਘ ਗਿਆ ਜੀ।
ਕੀਏ ਛਾਉ ਅਤ ਹਰ ਖਤ ਚੀਤਾ, ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਸੰਗਤ ਜੀ, ਜਦੋਂ ਸੱਪ ਨੇ ਛਾਂ ਕੀਤੀ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਨਾਲੇ ਉਹ ਸਤਿਗੁਰੂ ਜੀ ਦੇ ਮੁਖ 'ਤੇ ਛਾਂ ਕਰ ਰਿਹਾ ਸੀ, ਨਾਲੇ ਆਪਣੇ ਮਨ 'ਚ ਖੁਸ਼ ਹੋ ਰਿਹਾ ਸੀਗਾ ਜੀ, ਆਪਣੇ ਮਨ 'ਚ ਖੁਸ਼ ਹੋ ਰਿਹਾ ਸੀਗਾ। ਕਿਉਂ? ਮੇਰੇ ਵੱਡੇ ਭਾਗ, ਮੈਨੂੰ ਸਤਿਗੁਰੂ ਦੀ ਸੇਵਾ ਦਾ ਮੌਕਾ ਮਿਲ ਗਿਆ। ਲੱਖ 84 ਮੇਦਨੀ ਸਭ ਸੇਵ ਕਰਨ ਦਾ ਬੰਦਾ ਨਾਮ ਜਪ ਕੇ ਤੇ ਵੇਖੇ ਜੀ, 84 ਲੱਖ ਜੂਨਾ ਪਸ਼ੂ ਪੰਛੀ ਸਾਰੇ ਸੇਵਾ ਵਿੱਚ ਲੱਗ ਜਾਂਦੇ ਜੀ, ਸਭ ਸੇਵਾ ਕਰਦੇ ਆ। ਕਹਿੰਦੇ ਸੱਪ ਆਪਣੇ ਮਨ 'ਚ ਖੁਸ਼ ਹੁੰਦੇ ਆ, ਨਾਲੇ ਦਰਸ਼ਨ ਕਰਨ ਦੇ ਆ ਅਤੇ ਨਾਲੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਦੇ ਆ। ਹਾਂਜੀ, ਤਲਵੰਡੀ ਨ੍ਰਿਪ ਰਾਏ ਬੁਲਾਰੂ, ਉਧਰੋਂ ਤਲਵੰਡੀ ਦਾ ਰਾਜਾ ਰਾਏ ਬੁਲਾਰ ਲੰਘ ਰਿਹਾ ਸੀਗਾ ਸਾਧ ਸੰਗਤ ਜੀ। ਹਾਂਜੀ, ਸੋਸ ਸੈਨ ਕਿਤ ਅਨਤ ਪਧਾਰੂ, ਉਹ ਆਪਣੀ ਫੌਜ ਸਮੇਤ ਉਧਰੋਂ ਲੰਘ ਰਿਹਾ ਸੀਗਾ। ਹਾਂਜੀ, ਤੇਹ ਵੇਲਾ ਤਹ ਚੱਲ ਕਰ ਆਵਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣਿਓਂ ਲੰਘਣਾ ਜੀ ਉਹਨੇ। ਹਾਂਜੀ, ਜਿਹ ਕੋ ਜਾਗਿਓ ਭਾਗ ਸੁਹਾਵਾ, ਗੱਜ ਕੇ ਆਖੋ ਵਾਹਿਗੁਰੂ। ਅੱਜ ਰਾਏ ਬੁਲਾਰ ਦੇ ਭਾਗ ਜਾਗਣੇ ਹੈ, ਰਾਏ ਬੁਲਾਰ ਨੂੰ ਸੋਝੀ ਹੋਣੀ ਹੈ, ਜਿਹਨੂੰ ਮੈਂ ਆਪਣੇ ਪਟਵਾਰੀ ਦਾ ਪੁੱਤ ਕਹਿੰਦਾ, ਜਿਹਨੂੰ ਮੈਂ ਕਹਿੰਦਾ ਇਹ ਬਾਲਕ ਮਸਤਾਨਾ ਹੈ, ਇਹ ਬਾਲਕ ਕੌਣ ਹੈ, ਅੱਜ ਪਤਾ ਲੱਗਣਾ ਇਹਨਾਂ ਨੂੰ। ਰਾਏ ਬੁਲਾਰ ਦੇ ਭਾਗ ਜਾਗ ਗਏ ਹੈ, ਉਹ ਆਪਣੀ ਸੈਨਾ ਦੇ ਸਮੇਤ ਉਧਰੋਂ ਲੰਘ ਰਿਹਾ, ਜਿੱਧਰੋਂ ਸ਼ੇਸ਼ ਨਾਗ ਨੇ ਮੇਰੇ ਸਤਿਗੁਰੂ ਜੀ ਦੇ ਮੁਖ 'ਤੇ ਛਾਂ ਕੀਤੀ ਹੋਈ ਹੈ। ਹਾਂਜੀ, ਅਨੀ ਤੁਰੰਗਮ ਸੰਗ ਸੋ ਰੰਗਾ, ਆਵਹਿ ਨਗਰ ਹੈ ਅੰਗ ਉਮੰਗਾ, ਦੇਖ ਨਾਗ ਕੋ ਕੀਏ ਅਨੁਮਾਨਾ। ਉਹ ਬਾਹਰ ਗਿਆ ਸੀ ਰਾਏ ਬੁਲਾਰ ਕਿਤੇ, ਅਤੇ ਆਪਣੇ ਨਗਰ ਵਿੱਚ ਆ ਰਿਹਾ ਸੀ, ਅਤੇ ਰਸਤੇ 'ਚ ਖੇਤ ਸੀ, ਦੇਖ ਨਾਗ ਕੋ ਕੀਏ ਅਨੁਮਾਨਾ। ਹੁਣ ਉਹਨੇ ਨਾਗ ਵੇਖਿਆ, ਵੀ ਰੁੱਖ ਦੇ ਹੇਠਾਂ ਨਾਗ ਪੂਰੇ ਫਨ ਖਿਲਾਰ ਕੇ ਬੈਠਾ ਹੋਇਆ, ਅਤੇ ਆਪਣੇ ਮਨ 'ਚ ਅਨੁਮਾਨ ਲਾਇਆ, ਅੰਦਾਜ਼ਾ ਲਾਇਆ। ਹਾਂਜੀ, ਉਜਲ ਪਟ ਆਤਪ ਤੇ ਤਾਨਾ, ਗੱਜ ਕੇ ਆਖੋ ਵਾਹਿਗੁਰੂ। ਐਂ ਜਿਵੇਂ, ਕਿਉਂਕਿ ਰੰਗ ਚਿੱਟਾ ਹੋ ਗਿਆ ਸੀ, ਉਹਦਾ ਰੰਗ ਚਿੱਟਾ ਕਰ ਲਿਆ ਸੀ, ਉਹਨੂੰ ਐਂ ਮਹਿਸੂਸ ਹੋਇਆ ਵੀ ਜਿਵੇਂ ਚਿੱਟੀ ਚਾਦਰ ਤਾਣੀ ਹੋਈ ਹੈ, ਚਿੱਟੀ ਚਾਦਰ ਤਣੀ ਹੋਈ ਹੈ। ਹਾਂਜੀ, ਤਰਵਰ ਕੀ ਛਾਇਆ ਬਰ ਤਿਆਗੀ, ਪਟ ਓਟਨ ਜਿਉ ਭਾ ਅਨੁਰਾਗੀ, ਗੱਜ ਕੇ ਆਖੋ ਵਾਹਿਗੁਰੂ। ਅਜੇ ਨਾਗ ਦਾ ਨਹੀਂ ਪਤਾ ਵੀ ਚੰਗੀ ਤਰ੍ਹਾਂ ਵੀ ਇਹ ਨਾਗ ਹੈ, ਦੂਰੋਂ ਤਾਂ ਹੀ ਲੱਗਦਾ ਜਿਵੇਂ ਚਿੱਟੀ ਚਾਦਰ ਹੈ। ਤੁਸੀਂ ਇੱਥੋਂ ਹਿਸਾਬ ਲਾਓ, ਉਹਨੇ ਆਪਣੇ ਫਨ ਕਿੰਨੇ ਵਿਸਥਾਰੇ ਹੋਣਗੇ ਜੀ, ਚਿੱਟੇ ਰੰਗ ਦੇ ਕਿੰਨਾ ਵਿਸਥਾਰ ਕੀਤਾ ਹੋਏਗਾ। ਅਤੇ ਰਾਏ ਬੁਲਾਰ ਦੂਰੋਂ ਸੋਚਣ ਦੇ ਹੈ ਵੀ ਇਹ ਕੌਣ ਹੈ, ਰੁੱਖ ਦੀ ਛਾਂ ਦੂਜੇ ਪਾਸੇ ਹੈ, ਇਹਨੇ ਚਾਦਰ ਲਾ ਕੇ ਇੱਕ ਪਾਸੇ ਆਰਾਮ ਕਰ ਰਿਹਾ ਕੋਈ, ਰੁੱਖ ਦੀ ਛਾਂ ਤੋਂ ਉਲਟ ਹੋ ਕੇ। ਹਾਂਜੀ, ਆਸ ਵਿਚਾਰ ਕਰਤੇ ਉਹ ਢਿੱਗ ਆਵਾ, ਰਸਨਾ ਫਰਕਤ ਮੁੱਖ ਦ੍ਰਿਸ਼ਟਾਵਾ। ਗੁਰਮੁਖੋ, ਜਦੋਂ ਨੇੜੇ ਆਇਆ ਤੇ ਕੀ ਵੇਖਦਾ, ਰਾਏ ਬੁਲਾਰ ਆਪਣੀਆਂ ਫੌਜਾਂ ਦੇ ਸਮੇਤ, ਉਹ ਕੋਈ ਚਾਦਰ ਨਹੀਂ ਹੈ, ਉਹ ਸ਼ੇਸ਼ ਨਾਗ ਹੈ, ਤੇ ਜੀਭਾਂ ਫਰਕ ਰਹੀਆਂ ਹਨ ਉਹਦੀਆਂ। ਹਾਂਜੀ, ਭੋਗੀ ਲੱਖ ਵੱਡ ਭੋਗਾ ਕਾਰਾ, ਕਰ ਉਚੋ ਆਯੁਤ ਬਿਸਤਾਰਾ। ਵੇਖ ਕੇ ਹੈਰਾਨ ਹੋ ਗਿਆ ਵੀ ਇੱਕ ਸੱਪ ਇੰਨੀ ਉੱਚੀ ਛਾਂ ਕਰਕੇ ਬੈਠਾ ਹੈ। ਹਾਂਜੀ, ਰਾਏ ਵਿਚਾਰਤ ਉਰ ਪਰਿਦਿਆਇਆ, ਬਾਰਕ ਮਰਿਓ ਨਾ ਪੰਗਨ ਖਾਇਆ, ਗੱਜ ਕੇ ਆਖੋ ਵਾਹਿਗੁਰੂ। ਰਾਏ ਬੁਲਾਰ ਨੇ ਵਿਚਾਰ ਕੀਤੀ ਹੈ, ਰਾਏ ਵਿਚਾਰਤ ਉਰ ਭਰ ਦਇਆ, ਬਾਰਕ ਮਰਿਓ ਤਾਂ ਪਨੰਗ ਖਾਇਆ। ਮਨ 'ਚ ਸੋਚਿਆ ਇਹ ਬੱਚੇ ਨੂੰ ਅੱਜ ਇਹ ਸੱਪ ਨੇ ਖਤਮ ਕਰ ਦੇਣਾ ਹੈ, ਦਇਆ ਪੈਦਾ ਹੋਈ। ਹਾਂਜੀ, ਜੇ ਜੀਵਤ ਇਹੋ ਕੋ ਅਵਤਾਰੀ, ਸਰਪ ਸਵੇਤ ਜਹ ਸੇਵਾ ਕਾਰੀ। ਤੇ ਜੇ ਇਹ ਬਾਲਕ ਜਿਉਂਦਾ ਤੇ ਫਿਰ ਇਹ ਬਾਲਕ ਕੋਈ ਅਵਤਾਰੀ ਪੁਰਸ਼ ਹੈ, ਕਿਉਂ ਹੁਣ ਤੱਕ ਜਾਣ ਤਾਂ ਸੱਪ ਇਹਨੂੰ ਮਾਰ ਦਿੰਦਾ, ਪਰ ਥੋੜ੍ਹੀ ਹੋਰ ਨੇੜੇ ਹੋ ਕੇ ਵੇਖਿਆ
ਸੱਪ ਨੇ ਮਾਰਿਆ ਨਹੀਂ ਸੀ, ਸੱਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ 'ਤੇ ਛਾਂ ਕਰਕੇ ਬੈਠਾ ਹੋਇਆ ਹੈ। ਰਾਏ ਬੁਲਾਰ ਨੇ ਸੋਚਿਆ ਇਹ ਬੱਚਾ ਨਹੀਂ ਹੈ, ਇਹ ਕੋਈ ਅਵਤਾਰ ਹੈ, ਇਹ ਕੋਈ ਅਵਤਾਰੀ ਪੁਰਸ਼ ਹੈ ਜਿਹਦੀ ਸੇਵਾ ਵਿੱਚ ਸੱਪ ਲੱਗਾ ਹੋਇਆ ਹੈ, ਜਿਹਦਾ ਕੰਮ ਹੈ, ਜਿਹਦੇ ਵਿੱਚ ਜ਼ਹਿਰ ਹੈ, ਜਿਹੜਾ ਆਪਣੀ ਜ਼ਹਿਰ ਕੱਢਣ ਵਾਸਤੇ ਦੂਜਿਆਂ ਉੱਤੇ ਫੂਕਾਂ ਮਾਰਦਾ ਹੈ। ਪਿਆਰਿਓ, ਗਰਮੀ ਦੇ ਵਿੱਚ ਸੱਪ ਨੂੰ ਜ਼ਹਿਰ ਹੋਰ ਤੰਗ ਕਰਦੀ ਹੈ, ਉਹ ਤਾਂ ਆਪਣੀ ਜ਼ਹਿਰ ਕਿਸੇ 'ਤੇ ਪਾ ਕੇ ਆਪਣਾ ਭਾਰ ਹੌਲਾ ਕਰਦਾ ਹੈ। ਪਰ ਇਹਨੂੰ, ਇਸ ਪੁਰਸ਼ ਨੂੰ, ਇਸ ਬੱਚੇ ਨੂੰ ਜ਼ਹਿਰ ਵਾਲਾ ਵੀ ਛਾਂ ਕਰ ਰਿਹਾ ਹੈ। ਬੜੇ ਹੈਰਾਨ ਹੋਏ ਨੇ ਰਾਏ ਬੁਲਾਰ। ਹਾਂਜੀ, ਹਿਰਨ ਹਿਤ ਪ੍ਰੇਤ ਨਿਕਟ ਪਠਾਇਆ, ਜਗਬ ਜੀ ਮਗ ਪਾਤਾਲ ਸਿਧਾਇਆ। ਗੱਜ ਕੇ ਆਖੋ ਵਾਹਿਗੁਰੂ। ਉਹਨੇ ਵੇਖਣ ਵਾਸਤੇ ਇੱਕ ਨੌਕਰ ਨੂੰ ਪਹਿਲਾਂ ਭੇਜਿਆ ਵੀ ਜਾਓ ਵੇਖੋ ਬੱਚਾ ਜੇ ਆਉਂਦਾ ਹੈ। ਹਾਂਜੀ, ਪੁੰਨ ਗਾ ਤੋਰ ਤੁਰੰਗ ਮਰਾਉ, ਲੱਖ ਅਚਰਜ ਪਏ ਪਸਿਅਨ ਚਿਤ ਚਾਉ। ਅਜੇ ਉਹ ਨੌਕਰ ਨੇੜੇ ਹੀ ਗਿਆ, ਨੇੜੇ ਹੀ ਗਿਆ ਅਤੇ ਸੱਪ ਨੇ ਵੇਖ ਲਿਆ ਨੌਕਰ ਨੂੰ, ਸੱਪ ਜਾ ਖੁੱਡ 'ਚ ਵੜ ਗਿਆ। ਗੱਜ ਕੇ ਆਖੋ ਵਾਹਿਗੁਰੂ। ਪੁੰਨ ਗਾ ਤੋਰ ਤੁਰੰਗ ਮਰਾਉ। ਫਿਰ ਰਾਏ ਬੁਲਾਰ ਨੇ ਵੇਖਿਆ ਸੱਪ ਚਲੇ ਗਿਆ, ਫਿਰ ਉਹਨੇ ਘੋੜਾ ਤੋਰਿਆ ਆਪਣਾ, ਤਲਵੰਡੀ ਦਾ ਰਾਜਾ ਹੈ, ਉਹਨੇ ਘੋੜਾ ਤੋਰਿਆ ਅਤੇ ਘੋੜਾ ਤੋਰ ਕੇ ਥੋੜ੍ਹਾ ਜਿਹਾ ਅੱਗੇ ਲੈ ਕੇ ਗਿਆ। ਲੱਖ ਅਸਚਰਜ ਪਸੇ ਅਨਚਿਤ ਚਾਉ। ਪਿਆਰਿਓ, ਕੌਤਕ ਵੇਖ ਕੇ ਹੈਰਾਨ ਹੋ ਗਿਆ ਸੀ। ਹਾਂਜੀ, ਨਿਕਟ ਗਏ ਸੁਨ ਖੜਕਾ ਖੁਰਕੋ, ਹੁਣ ਘੋੜੇ ਦੇ ਖੁਰਾਂ ਦਾ ਖੜਕਾ ਸੁਣ ਕੇ। ਹਾਂਜੀ, ਤਨ ਸੁਚੇਤ ਭਾ ਬੇਦੀ ਬਰਕੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਬੈਠ ਗਏ ਜੀ। ਜਦੋਂ ਘੋੜਿਆਂ ਦੀਆਂ ਆਵਾਜ਼ਾਂ ਸੁਣੀਆਂ, ਕਈ ਘੋੜੇ ਨਾਲ ਸਨ, ਰਾਏ ਦੇ ਪਿੱਛੇ ਕਈ ਘੋੜੇ, ਰਾਏ ਬੁਲਾਰ ਆਪ ਘੋੜੇ 'ਤੇ ਹੈ, ਮਹਾਰਾਜ ਉੱਠ ਕੇ ਬੈਠ ਗਏ। ਹਾਂਜੀ, ਲੋਚਨ ਬਿਗਸੇ ਦਲ ਪੁਸ਼ਕਰ ਸੇ, ਹਾਂਜੀ, ਮੇਚਕ ਤਾਰੇ ਬਰ ਮਧੁਕਰ ਸੇ। ਇਹ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕਮਲ ਨੇਤਰ ਕਮਲ ਖੋਲ੍ਹੇ ਹਨ ਅਤੇ ਖੋਲ੍ਹ ਕੇ ਚੌਂਕੜਾ ਮਾਰ ਕੇ ਬੈਠ ਗਏ। ਟਿਗ ਅਰੂੜ ਅਸ ਹੇਰਿਓ ਰਾਈ, ਅਤੇ ਥੋੜ੍ਹਾ ਜਿਹਾ ਗੌਰ ਨਾਲ ਵੇਖਿਆ ਇੱਕਦਮ, ਅਤੇ ਕੀ ਵੇਖਦੇ ਨੇ, ਤਲਵੰਡੀ ਦਾ ਰਾਜਾ ਆਇਆ ਹੋਇਆ ਹੈ, ਰਾਏ ਬੁਲਾਰ ਆਇਆ ਹੋਇਆ ਹੈ। ਹਾਂਜੀ, ਪੀਰ ਭਟਨ ਕੀ ਸੰਗ ਸੁਹਾਈ, ਅਤੇ ਰਾਏ ਬੁਲਾਰ ਇਕੱਲਾ ਨਹੀਂ ਆਇਆ, ਰਾਏ ਬੁਲਾਰ ਦੇ ਨਾਲ ਫੌਜਾਂ ਆਈਆਂ ਨੇ, ਰਾਏ ਬੁਲਾਰ ਦੇ ਕਈ ਸਿਪਾਹੀ ਨਾਲ ਆਏ ਨੇ। ਹਾਂਜੀ, ਉੱਠ ਤਬ ਸਿਰ ਨਵਾਏ ਕੀਏ ਬੰਧਨ, ਕਿਉਂਕਿ ਨਗਰ ਦਾ ਰਾਜਾ ਹੈ, ਗੁਰੂ ਨਾਨਕ ਸਾਹਿਬ ਜੀ 'ਚੋਂ ਮਹਾਰਾਜ ਜੀ ਤੋਂ ਉਮਰ ਵਿੱਚ ਕਿਤੇ ਵੱਡਾ, ਸਤਿਗੁਰੂ ਨੇ ਸਤਿਕਾਰ ਕੀਤਾ ਜੀ। ਪਤਾ ਕੀ ਕੀਤਾ? ਗੱਜ ਕੇ ਅੱਖ ਵਾਹਿਗੁਰੂ। ਮਹਾਰਾਜ ਉੱਠੇ ਸੱਚੇ ਪਾਤਸ਼ਾਹ, ਅਤੇ ਟਿਗ ਅਰੂੜ ਮਹਾਰਾਜ ਗਰੀਬ ਨਿਵਾਜ ਉੱਠ ਕੇ, ਉੱਠ ਤਬ ਸਿਰ ਨਿਵਾਏ ਕੀ ਇਹ ਬੰਧਨ, ਨੇੜੇ ਗਏ ਨੇ, ਜਾ ਕੇ ਸਿਰ ਝੁਕਾਇਆ ਰਾਏ ਬੁਲਾਰ ਨੂੰ ਸਤਿਗੁਰੂ ਜੀ ਨੇ। ਆਪਾਂ ਸਾਰੇ ਸਤਿਗੁਰੂ ਜੀ ਨੂੰ ਝੁਕਾਈਏ। ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਪਰਿਪਾਲਕ ਦਰੁਤ ਉਤਰ ਤੁਰੰਗਾ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕੀ ਵੇਖਦੇ ਨੇ, ਸਾਡੇ ਨਗਰ ਦਾ ਰਾਜਾ ਹੈ, ਨਗਰ ਦਾ ਪਾਲਣਹਾਰਾ ਹੈ। ਮਹਾਰਾਜ ਨੇ ਉੱਠ ਕੇ ਨਮਸਕਾਰ ਕੀਤੀ ਹੈ। ਰਾਏ ਬੁਲਾਰ ਗਦਗਦ ਹੋ ਗਿਆ। ਇਹ ਉਹ ਬਾਲਕ ਹੈ ਜਿਹਨੂੰ ਮੈਂ ਆਪਣਾ ਭਰਾ ਬਣਾਇਆ, ਪਟਵਾਰੀ, ਇਹ ਮੇਰੇ ਭਰਾ ਪਟਵਾਰੀ ਦਾ ਪੁੱਤਰ ਹੈ। ਇਹਨੂੰ ਤਾਂ ਮਸਤਾਨਾ ਕਹਿੰਦੇ ਨੇ, ਸਾਰੇ ਕਹਿੰਦੇ ਸਨ, ਇਹ ਬੜੀ ਸੋਹਣੀ ਬਾਣੀ ਉਚਾਰਦੇ ਹੈ। ਅੱਜ ਵੇਖਿਆ ਇਹਦੀ ਸੇਵਾ ਤਾਂ ਖੁਦ ਸੱਪ ਕਰ ਰਿਹਾ। ਰਾਏ ਬੁਲਾਰ ਦਾ ਹਿਰਦਾ ਸ਼ਾਂਤ ਹੋ ਗਿਆ। ਪਿਆਰਿਓ, ਰਾਏ ਬੁਲਾਰ ਘੋੜੇ ਤੋਂ ਉੱਤਰ ਗਿਆ ਜੀ, ਰਾਜਾ ਘੋੜੇ ਤੋਂ ਉੱਤਰ ਗਿਆ। ਹਾਂਜੀ, ਪਰ ਰੰਭਨ ਗਰ ਸੰਗ ਉਮੰਗਾ, ਅਤੇ ਪਤਾ ਉਹਨੇ ਕੀ ਕੀਤਾ? ਹੁਣ ਉਹਦਾ ਕੱਦ ਉੱਚਾ ਹੈ, ਮਹਾਰਾਜ ਦਾ ਕੱਦ ਬਾਲਾਂ ਵਾਲਾ ਹੈ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਲਵੱਕੜੀ ਪਾ ਲਈ ਜੀ। ਗੱਜ ਕੇ ਆਖੋ ਵਾਹਿਗੁਰੂ। ਰਾਏ ਬੁਲਾਰ ਨੇ ਕਹਿੰਦੇ ਹੈ, ਪਰ
ਪਰ ਰੰਭਨ ਗੁਰਸੰਗ ਉਮੰਗਾ ਬੜੇ ਉਤਸ਼ਾਹ ਨਾਲ ਮਹਾਰਾਜ ਨੂੰ ਘੁੱਟ ਕੇ ਗਲਵੱਕੜੀ ਪਾ ਲਈ। ਹਾਂਜੀ, ਸਾਦਰ ਸੋ ਨਿਜ ਭਰ ਕਰ ਕੰਨੀਆਂ, ਐ ਕਲਾਵਾ ਭਰ ਕੇ ਮਹਾਰਾਜ ਨੂੰ ਆਪਣੀ ਛਾਤੀ ਨਾਲ ਲਾਇਆ। ਗੁਰੂ ਸਾਹਿਬ ਦਾ ਜਿਹੜਾ ਸਿਰ ਸੀ ਨਾ, ਪਵਿੱਤਰ ਸਿਰ, ਉਹ ਰਾਏ ਬੁਲਾਰ ਦੀ ਛਾਤੀ ਨਾਲ ਲੱਗਾ ਜੀ। ਹਾਂਜੀ, ਚੁੰਮਤ ਮਸਤਕ ਖੁਸ਼ੀ ਸੋ ਘਨੀਆਂ, ਗੱਜ ਕੇ ਆਖੋ ਵਾਹਿਗੁਰੂ। ਪਤਾ ਨਹੀਂ ਰਾਏ ਬੁਲਾਰ ਨੂੰ ਕਿੰਨੀ ਕੁ ਠੰਡ ਪਈ, ਰਾਏ ਬੁਲਾਰ ਨੇ ਸਤਿਗੁਰਾਂ ਦਾ ਮੱਥਾ ਚੁੰਮਿਆ ਜੀ, ਜਿਵੇਂ ਬਾਲਕਾਂ ਦਾ ਮਸਤਕ ਪਲੋਸਦੇ ਆ। ਹਾਂਜੀ, ਭਾ ਅਧੀਨ ਮਨ ਕਰ ਬਹੁ ਭਾਉ, ਰਾਏ ਬੁਲਾਰ ਦੇ ਮਨ 'ਚ ਬਹੁਤ ਪਿਆਰ ਜਾਗਿਆ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ, ਬਹੁਤ ਪਿਆਰ ਜਾਗਿਆ, ਇੰਨਾ ਪਿਆਰ ਜਾਗਿਆ ਸਤਿਗੁਰੂ ਜੀ ਦੇ ਸਾਹਮਣੇ ਦੀਨ ਹੀ ਹੋ ਗਿਆ ਹੈ ਜੀ, ਹੈ ਵੱਡਾ ਪਰ ਮਨੋ ਨਿਮਰਤਾ 'ਚ ਆ ਗਿਆ ਹੋਵੇ। ਹਾਂਜੀ, ਜਾਣਿਓ ਇਹ ਅਵਤਾਰ ਪ੍ਰਭਾਉ, ਤੇ ਕੀ ਜਾਣਿਆ ਇਹ ਆਮ ਬਾਲਕ ਨਹੀਂ ਹੈ, ਇਹ ਕੋਈ ਰੱਬ ਦਾ ਅਵਤਾਰ ਹੈ। ਕਦ ਕੇ ਆਖਿਓ ਵਾਹਿਗੁਰੂ, ਪਾ ਅਧੀਨ ਮਨ ਕਰ ਬਹੁ ਭਾਉ, ਮਨ ਚ ਭਾਉ ਲੈ ਕੇ ਆਂਦਾ, ਜਾਣਿਓ ਇਹ ਅਵਤਾਰ ਪ੍ਰਭਾਉ, ਇਹ ਤੇ ਪ੍ਰਭੂ ਦਾ ਅਵਤਾਰ ਹੈ। ਬਾਹਰ ਨ ਮਨ ਕਬ ਕੀ ਨ ਡੁਲਾਉ, ਕਹਿੰਦੇ ਉਸ ਦਿਨ ਦਾ ਰਾਏ ਬੁਲਾਰ ਨੇ ਆਪਣੇ ਮਨ ਚ ਪੱਕਾ ਦ੍ਰਿੜ ਇਰਾਦਾ ਕਰ ਲਿਆ, ਇਸ ਬਾਲਕ ਨੂੰ ਕੋਈ ਮਸਤਾਨਾ ਆਖੇ, ਇਸ ਬਾਲਕ ਨੂੰ ਕੋਈ ਕੁਝ ਵੀ ਆਖੇ, ਇਸ ਬਾਲਕ ਦੇ ਪ੍ਰਥਾਏ ਮੈਂ ਆਪਣੇ ਮਨ ਚੋਂ ਸ਼ਰਧਾ ਨਹੀਂ ਗਵਾਉਣੀ, ਮੈਂ ਆਪਣੇ ਮਨ ਚ ਇਹੋ ਹੀ ਸ਼ਰਧਾ ਰੱਖਣੀ ਹੈ। ਕਿਹੜੀ ਸ਼ਰਧਾ ਰੱਖਣੀ ਹੈ? ਇਹ ਬਾਲਕ ਬਾਲਕ ਨਹੀਂ ਹੈ, ਇਹ ਪ੍ਰਭੂ ਦਾ ਅਵਤਾਰ ਹੈ। ਬਹੁਰ ਨ ਮਨ ਕਬ ਕੀਨ ਡੁਲਾਊ, ਬਾਅਦ ਚੋਂ ਨਹੀਂ ਮਨ ਡੁਲਾਇਆ। ਹਾਂਜੀ, ਥਿਰ ਕਰ ਸਰਦਾ ਤਾਂ ਦਿਨ ਰਾਉ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ, ਉਸ ਦਿਨ ਤੋਂ ਬਾਅਦ ਰਾਏ ਬੁਲਾਰ ਨੇ ਕਦੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਪਣੀ ਸ਼ਰਧਾ ਨਹੀਂ ਸੀ ਡੁਲਾਈ ਜੀ, ਸ਼ਰਧਾ ਥਿਰ ਕਰ ਲਈ। ਥਿਰ ਕਰ ਸ਼ਰਧਾ ਤਾਂ ਦਿਨ ਰਾਏ ਬੁਲਾਰ, ਮੁੜ ਨਹੀਂ ਸ਼ਰਧਾ ਡੁਲਾਈ। ਹਾਂਜੀ, ਪਰਮੇਸ਼ੁਰ ਸਮ ਜਾਨ ਸੁਜਾਨ, ਰਾਏ ਬੁਲਾਰ ਨੇ ਨਾਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਗਲਵੱਕੜੀ ਪਾਈ ਹੈ, ਨਾਲੇ ਮਨ ਚ ਕੀ ਸੋਚਦਾ ਹੈ, ਪਰਮੇਸ਼ੁਰ ਸਮ ਜਾਨ ਸੁਜਾਨ, ਇਹ ਬਾਲਕ ਨਹੀਂ ਹੈ, ਇਹ ਪਰਮੇਸ਼ੁਰ ਦਾ ਰੂਪ ਹੈ। ਹਾਂਜੀ, ਮਨ ਕਰ ਬੰਦਾ ਹੈ ਪਦ ਰਾ ਜਾਨਾ, ਕਹਿੰਦੇ ਆ ਬਾਹਰੀ ਤੌਰ 'ਤੇ ਨਹੀਂ ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਹੱਥ ਲਾਇਆ, ਪਰ ਗਲਵੱਕੜੀ ਪਾਈ ਹੈ, ਮਨੋ ਆਪਣਾ ਜਿਹੜਾ ਸਿਰ ਸੀਗਾ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਾਏ ਬੁਲਾਰ ਨੇ ਆਪੇ ਹੀ ਝੁਕਾ ਦਿੱਤਾ ਜੀ, ਮਨੋ ਜੀ। ਹਾਂਜੀ, ਰੁਕਿਓ ਕੰਠ ਪਰ ਪੂਰਨ ਪ੍ਰੇਮਾ, ਬੋਲ ਨਾ ਸਕਿਓ ਉਚਿਤ ਭਾ ਖੇਮਾ, ਕਹਿੰਦੇ ਆ ਪ੍ਰੇਮ ਨਾਲ ਇੰਨਾ ਭਰਪੂਰ ਹੋ ਗਿਆ ਰਾਏ ਬੁਲਾਰ, ਮੁੱਖੋਂ ਗੁਰੂ ਨਾਨਕ ਸਾਹਿਬ ਦੀ ਲਈ ਸਤਿਕਾਰ ਵਾਲੇ ਬੋਲ ਵੀ ਨਾ ਬੋਲ ਸਕਿਆ, ਗਲਾ ਰੁਕ ਗਿਆ, ਬੋਲਿਆ ਨਹੀਂ ਕੁਛ ਗਿਆ। ਜਦੋਂ ਸ਼ਰਧਾ ਵਿੱਚ ਆ ਜਾਈਏ, ਪਿਆਰ ਵਿੱਚ ਆ ਜਾਈਏ, ਵੈਰਾਗ ਵਿੱਚ ਆ ਜਾਈਏ ਪਿਆਰਿਓ, ਫਿਰ ਬੋਲਿਆ ਨਹੀਂ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹੋ, ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਆਪਣੀ ਜ਼ਿੰਦਗੀ 'ਚ ਕਿਤੇ ਇਹੋ ਜਿਹਾ ਇੱਕ ਵਾਰੀ ਮੌਕਾ ਬਖਸ਼ਿਸ਼ ਕਰ ਦਿਓ ਜੀ, ਇੱਕ ਵਾਰੀ ਇਹੋ ਜਿਹੀ ਸ਼ਰਧਾ, ਐਸਾ ਪਿਆਰ ਬਖਸ਼ਿਸ਼ ਕਰ ਦਿਓ। ਰਾਏ ਬੁਲਾਰ ਦਾ ਗਲਾ ਰੁਕ ਗਿਆ, ਰੁਕਿਓ ਕੰਠ ਭਰਪੂਰਨ ਪ੍ਰੇਮਾ, ਬੋਲ ਨਾ ਸਕਿਓ ਉਚਿਤ ਭਾ ਖੇਮਾ,
ਬੋਲ ਨਹੀਂ ਸਕਿਆ ਕੁਛ। ਗਾ ਤੂੰ ਰੰਗ ਚੜ ਪੁਲਕਤ ਅੰਗਾ, ਕਹਿੰਦੇ ਆ ਰਾਏ ਬੁਲਾਰ ਨੇ ਸਤਿਗੁਰੂ ਨੂੰ ਨੀ ਕੁਛ ਕਿਹਾ। ਰਾਏ ਬੁਲਾਰ ਘੋੜੇ ਤੇ ਚੜਿਆ ਤੇ ਸਾਧ ਸੰਗਤ ਜੀ ਆਪਣੇ ਘਰ ਨੂੰ ਆ ਗਿਆ। ਹਾਂਜੀ, ਬੈਠੇ ਉਹ ਸਦਨਾ ਹੈ ਸੰਗ ਉਮੰਗਾ, ਕਹਿੰਦੇ ਆ ਘਰ ਆ ਕੇ ਵੀ ਬੋਲ ਨੀ ਰਿਹਾ ਕੁਛ, ਪਰ ਆ ਕੇ ਬੜੇ ਉਤਸ਼ਾਹ ਨਾਲ ਆਪਣੇ ਘਰ ਚ ਬਹਿ ਗਿਆ। ਪਤਾ ਕਿਹੋ ਜਿਹਾ ਉਤਸ਼ਾਹ ਹੈ, ਜਿਵੇਂ ਕੋਈ ਜਨਮਾਂ ਦਾ ਕੰਗਾਲ ਹੋਵੇ ਤੇ ਉਹਨੂੰ ਖਜ਼ਾਨਾ ਲੱਭ ਜਾਏ ਤੇ ਉਹ ਖੁਸ਼ ਨਹੀਂ ਹੁੰਦਾ। ਰਾਏ ਬੁਲਾਰ ਬੜਾ ਖੁਸ਼ੀ ਖੁਸ਼ੀ ਉਹ ਆਪਣੇ ਘਰ ਵਿੱਚ ਆ ਕੇ ਬਹਿ ਗਏ। ਹਾਂਜੀ, ਹਿਰਦੇ ਮਨੋਰਥ ਸਾਰ ਵਿਚਾਰ, ਆਪਣੇ ਹਿਰਦੇ ਵਿੱਚ ਨਾ ਵਿਚਾਰ ਕੀਤੀ ਹੈ। ਹਾਂਜੀ, ਇਹ ਮਮ ਭਵ ਬੰਧਨ ਨਿਰਵਾਰ, ਕੀ ਵਿਚਾਰ ਕੀਤੀ ਹੈ, ਅੱਜ ਮੈਨੂੰ ਭਵ ਸਾਗਰ ਤੋਂ ਤਾਰਨ ਵਾਲਾ ਲੱਭ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਰਾਏ ਬੁਲਾਰ ਤਲਵੰਡੀ ਦਾ ਰਾਜਾ ਸੋਚਦਾ ਹੈ, ਅੱਜ ਮੈਨੂੰ ਭਵ ਸਾਗਰ ਤੋਂ ਤਾਰਨ ਵਾਲਾ ਮੇਰਾ ਸਤਿਗੁਰੂ ਲੱਭ ਗਿਆ। ਰਿਦੇ ਮਨੋਰਥ ਸਾਰ ਵਿਚਾਰ, ਹਿਰਦੇ ਚ ਵਿਚਾਰ ਕਰਦੇ, ਬੋਲਦੇ ਨਹੀਂ ਮਨ ਚ ਸੋਚਦੇ ਹੈ। ਇਹ ਮਮ ਭਾਵ ਬੰਧਨ ਨਿਰਵਾਰ, ਇਹ ਮੇਰੇ ਬੰਧਨ ਕੱਟਣਗੇ। ਹਾਂਜੀ, ਹੋਏ ਤਰਨ ਜਬ ਤਜ ਲਰਕਾਈ, ਜਦੋਂ ਆ ਬਾਲਪਨ ਬਤੀਤ ਹੋ ਜਾਏਗਾ ਤੇ ਜਦੋਂ ਜਵਾਨੀ ਦੀ ਉਮਰ ਆਏਗੀ ਨਾ ਇਹਨਾਂ ਦੀ। ਹਾਂਜੀ, ਕਰਹੋ ਤਬ ਮੈਂ ਬਿਨੈ ਵਡਾਈ, ਤੇ ਰਾਏ ਬੁਲਾਰ ਬੈਠਾ ਸੋਚਦਾ ਜਦੋਂ ਜਵਾਨ ਹੋਣਗੇ ਫਿਰ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਵੀ ਮੇਰਾ ਭਲਾ ਕਰੋ, ਤਲਵੰਡੀ ਦਾ ਰਾਜਾ। ਹਾਂਜੀ, ਜੋਗਿਨ ਕੋ ਦੁਰਲੱਭ ਹੈ ਜੋ ਦੇਹ ਪਰਸ ਪਦ ਮੁਝ ਕੋ ਸੋ, ਇਹ ਉਹ ਪਦਵੀ ਮੈਨੂੰ ਦੇਣਗੇ ਜਿਸ ਪਦਵੀ ਨੂੰ ਜੋਗੀ ਵੀ ਤਰਸਦੇ ਹੈ, ਇਹ ਮੈਨੂੰ ਪਰਮ ਪਦਵੀ ਦੇਣਗੇ। ਜਦੋਂ ਵੱਡੇ ਹੋਣਗੇ ਨੌਜਵਾਨ ਹੋਣਗੇ ਮੈਂ ਬੇਨਤੀ ਕਰਾਂਗਾ। ਹਾਂਜੀ, ਪੂਰਬ ਭਾਗ ਜਗਿਓ ਵੱਡ ਮੇਰਾ, ਟਿਗ ਖੁਦਾਏ ਤਨ ਧਾਰ ਬਸੇਰਾ, ਗੱਜ ਕੇ ਆਖੋ ਵਾਹਿਗੁਰੂ। ਰਾਏ ਬੁਲਾਰ ਮੁਸਲਮਾਨ ਹੈ, ਉਹ ਆਪਣੇ ਹਿਸਾਬ ਨਾਲ ਕਹਿੰਦਾ ਅੱਜ ਮੇਰੇ ਵੱਡੇ ਭਾਗ ਜਾਗੇ ਨੇ, ਪਿਛਲਾ ਨਸੀਬ ਮੇਰਾ ਜਾਗ ਗਿਆ ਹੈ, ਖੁਦਾ ਮੇਰੇ ਰਾਜ 'ਚ ਧਨ ਧਾਰ ਕੇ ਆ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਰਾਜੇ ਨੂੰ ਮਾਣ ਤੇ ਹੁੰਦਾ ਹੀ ਹੈ, ਮੇਰੇ ਨਸੀਬ ਜਾਗੇ ਨੇ, ਖੁਦਾ ਸਰੀਰ ਧਾਰਨ ਕਰਕੇ ਪਰਮੇਸ਼ਰ ਮੇਰੇ ਘਰ ਵਿੱਚ ਮੇਰੇ ਰਾਜ ਵਿੱਚ ਆ ਗਏ ਹਨ। ਪੂਰਬ ਭਾਗ ਜਗਿਓ ਵੱਡ ਮੇਰਾ, ਟਿਗ ਖੁਦਾਏ ਤਨ ਧਾਰ ਬਸੇਰਾ। ਹਾਂਜੀ, ਬੋਲਨ ਮਿਲਣੇ ਕੋ ਫਲ ਜਾਸੂ, ਬੇਦਕ ਤੇ ਬੰਨਾ ਕਹਿ ਸਕਤਾਸੂ, ਇਹ ਸਾਰੀਆਂ ਗੱਲਾਂ ਰਾਏ ਬੁਲਾਰ ਇੱਥੋਂ ਤੱਕ ਆਪਣੇ ਮਨ ਵਿੱਚ ਸੋਚਦਾ ਹੈ। ਇਹਨਾਂ ਦੇ ਤੇ ਦਰਸ਼ਨ, ਇਹਨਾਂ ਨੂੰ ਮਿਲਣਾ, ਇਹਨਾਂ ਦੇ ਨਾਲ ਬਚਨ ਕਰਨ ਦਾ ਉਹ ਫਲ ਹੈ ਜਿਹਨੂੰ ਬੇਦ ਕਿਤੇਬ ਵੀ ਚੰਗੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਰਾਏ ਬੁਲਾਰ ਕੀ ਸੋਚਦਾ, ਗੁਰੂ ਨਾਨਕ ਸਾਹਿਬ ਦੇ ਦਰਸ਼ਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬਚਨ ਕਰਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਿਆਰ ਲੈਣਾ, ਇਹਦਾ ਇੰਨਾ ਵੱਡਾ ਫਲ ਹੈ ਜਿਹੜਾ ਵੇਦਾਂ ਕਿਤੇਬਾਂ ਕੋਲੋਂ ਵੀ ਸਹੀ ਤਰ੍ਹਾਂ ਬਿਆਨ ਨਹੀਂ ਹੋ ਸਕਦਾ। ਇਹ ਵਿਚਾਰ ਆਪਣੇ ਹਿਰਦੇ ਵਿੱਚ ਕੀਤੇ ਹਨ। ਪ੍ਰਿਤ ਭੇਜ ਕਾਲੂ ਬੁਲਵਾਇਓ, ਇੱਕ ਨੌਕਰ ਨੂੰ ਭੇਜਿਆ, ਕਹਿੰਦਾ ਜਾਓ ਮਹਿਤਾ ਕਾਲੂ ਜੀ ਨੂੰ ਸੱਦ ਕੇ ਲੈ ਕੇ ਆਓ। ਹਾਂਜੀ, ਘਰ ਆਦਰ ਨਿਜ ਨਿਕਟ ਬਿਠਾਇਓ, ਪਿਆਰਿਓ ਮਹਿਤਾ ਕਾਲੂ ਜੀ ਕੋਲੋਂ ਨੌਕਰ ਗਿਆ, ਆਓ ਤੁਹਾਨੂੰ ਰਾਏ ਸਾਹਿਬ ਸੱਦਦੇ ਆ। ਮਹਿਤਾ ਕਾਲੂ ਜੀ ਗਏ, ਪਤਾ ਨਹੀਂ ਕੀ ਗੱਲ ਹੋ ਗਈ ਹੈ, ਅੱਜ ਫਿਰ ਮੇਰੇ ਪੁੱਤਰ ਨੇ ਪਤਾ ਨਹੀਂ ਕੀ ਕਰਤਾ ਹੈ। ਪਰ ਅੱਜ ਰਾਏ ਬੁਲਾਰ ਦੇ ਵਿੱਚ ਆਨੰਦ ਵੱਖਰਾ ਸੀ, ਉਹਨੇ ਬੜੇ ਸਤਿਕਾਰ ਨਾਲ ਮਹਾਰਾਜ ਦੇ ਪਿਤਾ ਨੂੰ ਆਪਣੇ ਲਾਗੇ ਬਿਠਾ ਲਿਆ।
हाँ जी निज सुत को सुत जानो नाही पा अवतार तोहे कर माही जज के आखो सतनाम श्री वाहे गुरु साहिब की आख्या अपने पुत्र नु पुत्र ना समझी महता कालू तेरे घर खुदा दा अवतार आ गया है निज सुत को सुत जानो नाही पावतार तोहे कर माही कोल बिठा के क्या है हाँ जी जाग्यो गर्व भाग जग तेरो महता कालू जी नू आख्या तेरे जग विच बड़े बड़े भाग जाग गए ताव समसार को और नाहेरों पुछ मैनू यो लगदा इस जगत विच तेरे बराबर ही कोई नहीं हैगा गज के आखो वाहे गुरु प्यार नाल आखो धन धन पिता महता कालू जी धन धन पिता महता कालू वाकई नहीं हैगा जी धन पिता प्रधान हां जी आसन बसन सादर सो दीजा अवहेलन नह तिन को कीजा उसे वाले क्या महता कालू किते भुल के भी अपने पुत्र दा निरादर ना करी इन्हां नूं बुरे बोल ना बोल बैठी इन्हां नूं भोजन दिया कर जो मंगण वस्त्र भोजन जो चाहीदा देना पर बड़े आदर नाल देना भुल के भी इन्हां दी बेअदबी ना करी हाँ जी तात जान दुर बचन ना भाखो अपना ए ना माण रखी भी मैं बाप है ते पुत है ते किते माड़े बोल ना बोल बैठी इन्हां नाल हाँ जी परमेश्वर सम सरदा राखो मैं ता कालू परमेश्वर वर्गी सरदा रखी है ना ते कच के आखो वाहे गुरु तात जान दुर बचन ना पाखो परमेश्वर सम सरदा राखो रब वर्गी सरदा रखी है ना ते पुन बुलार कालू के साथा कही सर्प की सब बिद गाथा महता कालू जी पुछदे राय साहब होया की है कहिंदे मैं की दसा अज जदो खेत बाहरों आ रहे सा रस्ते च खेत आए महता कालू सप तेरे पुत्र दे मुख ते छां करके बैठा होया सीगा हां जी आतप तपते ते किए छाया हां जी हमें हेर निज देह दुराया कहन लगे ओ सप शेष नाग तेरे पुत्र दे मुख ते धुप नहीं सी पैण दे रहा सानू वेख के खुड च लुक गया जाके हां जी सुन कर कालू कहत पलाजू हां जी होयत जानी जाए कलाजू गज के आखो वाहे गुरु उन्हां नू फेर नहीं शरदा आई महता कालू जी नू कहिंदे भला है जी जे कोई कलावान होएगा ते आउण वाले समय च लग जाएगा पता गज के आखो वाहे गुरु फेर नहीं शरदा आई जी क्यों बचन सी ना भी तू पछाण नहीं सकेगा सानू हां जी आस कह गयो अशरदा तारी ए कह के अशरदा धारण करके महता कालू जी चले गए हन माया मोह प्रबल जेह भारी क्यों कहंदे कविराज भाई संतोख सिंह जिन्हां नूं गुरु नानक साहब ने आप ही माया पाई हुई है गद के आखो वाहे गुरु कोई पूर्वला बचन ही सीगा साध संगत जी हां जी त्यों ना करे ज्यों प्रेरै नियंता हां जी ज्यो जंती वस वज है जनता केंदे पता कारण की है बंदा आप कुछ नहीं करता वो सारा कुछ हुक्म च ही करता जिमें केंदे वाजा बाजे बजाउण वाले दे वस विच हुंदा रागी सिंह दे वस च है हारमोनीयम हारमोनीयम दा अपना कोई वस नहीं है इसे तरह साध संगत जी बंदे दे वस विच भी कुछ नहीं जिमें रब प्रेरदा उवें होई जांदा है हाँ जी दार नार को क्या गुण दोसू तेहे पर क्या प्रसाद किया रोसू हाँ जी श्री नानक अनुसारी माया जस इच्छा करी है तस छाया केंदे सारी माया गुरु नानक साहब सच्चे पातशाह जी दे अधीन है जिस उत्ते चुमदे है पा देंदे है जिन्हों चाहते है कड लेंदे है गद के आखो वाह
ਵਾਹਿਗੁਰੂ। ਪਰ ਜਿਹੜੇ ਤੇ ਪਾਉਂਦੇ ਆ ਉਹਦੇ 'ਚ ਵੀ ਕਾਰਨ ਹੁੰਦਾ, ਉਹ ਸਾਧ ਸੰਗਤ ਦੀ ਅੱਗੋਂ ਅੱਗੋਂ ਆਪਾਂ ਕਥਾ ਸੁਣੀ ਜਾਣੀ ਹੈ, ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀ ਹੈ। ਅੱਜ ਰਾਏ ਬੁਲਾਰ ਨੂੰ ਐਸਾ ਰੰਗ ਚੜਿਆ, ਜਿੰਨਾ ਚਿਰ ਤੱਕ ਜੀਵਨ ਸੀ ਪਿਆਰਿਓ ਉਹਨਾਂ ਚਿਰ ਤੱਕ ਉਹਨੂੰ ਉਹ ਰੰਗ ਚੜਿਆ ਹੀ ਰਿਹਾ ਜੀ। ਅਤੇ ਫਿਰ ਜਦੋਂ ਸਰੀਰ ਤਿਆਗਣ ਲੱਗਾ ਨਾ, ਅਤੇ ਆਪਣੀ ਜ਼ਮੀਨ ਦਾ ਬਹੁਤ ਸਾਰਾ ਭਾਗ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਹੀ ਕਰ ਦਿੱਤਾ ਜੀ ਉਹਨੇ ਲਿਖ ਕੇ, ਰਾਏ ਬੁਲਾਰ ਨੇ। ਅੱਜ ਵੀ ਉੱਧਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ 'ਤੇ ਜ਼ਮੀਨ ਬੋਲਦੀ ਹੈ। ਰਾਏ ਬੁਲਾਰ ਇੰਨਾ ਰੰਗ 'ਚ ਰੰਗਿਆ ਗਿਆ। ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਪਿਆਰ ਨਾਲ ਗੱਜ ਕੇ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਵੀ ਰੰਗ ਲਾ ਦਿਓ, ਸਾਨੂੰ ਵੀ ਪ੍ਰੇਮ ਲਾ ਦਿਓ, ਜਿਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਬੁਲਾਰ ਨੂੰ ਪਿਆਰ ਲਾਇਆ ਸੀ। ਅੰਦਰ ਸੱਚਾ ਨੇ ਹੋ ਲਾਇਆ, ਪ੍ਰੀਤਮ ਹੈ ਆਪਣੇ ਪ੍ਰੀਤਮ ਦਾ ਲਾਇਆ ਰੰਗ ਲੱਗਦਾ, ਜੇ ਮਰਜ਼ੀ ਨਾਲ ਨਹੀਂ ਲੱਗਦਾ। ਸਤਿਗੁਰੂ ਮਿਹਰ ਕਰਨ, ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਜੋੜੋ ਦੋਵੇਂ ਹੱਥ, ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।